लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार, लोग जाने ही गीत है, लोग जाने ही गीत है, लोग जाने ही गीत है। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਗ ਹੈ 297, ਥਿੱਤੀ ਗੌੜੀ ਦੀਆਂ ਹੁਣ ਤੱਕ 2 ਸਲੋਕ ਸੰਪੂਰਨ ਹੋਏ ਨੇ ਪੌੜੀਆਂ, ਅਤੇ ਤੀਜਾ ਆਰੰਭ ਕਰਨ ਲੱਗੇ। ਸਲੋਕ ਤੀਨ ਵਿਆਪੈ ਜਗਤ ਕੋ, ਤੁਰਿਆ ਪਾਵੈ ਕੋਏ, ਨਾਨਕ ਸੰਤ ਨਿਰਮਲ ਪਏ, ਜਿਨ ਮਨ ਵਸਿਆ ਸੋਏ। ਹਾਂਜੀ, ਸਲੋਕ ਤੀਨ ਵਿਆਪੈ ਜਗਤ ਕੋ, ਤੁਰਿਆ ਪਾਵੈ ਕੋਏ, ਨਾਨਕ ਸੰਤ ਨਿਰਮਲ ਪਏ, ਜਿਨ ਮਨ ਬਸਿਆ ਸੋਏ। ਪੌੜੀ ਤ੍ਰਿਤੀਆ ਤ੍ਰੈ ਗੁਣ ਬਿਖੈ ਫਲ, ਕਵ ਉੱਤਮ ਕਵ ਨੀਚ, ਨਰਕ ਸੁਰਗ ਪਰਮ ਤੋਂ ਕਣੋ, ਸਦਾ ਸੰਘਾਰੈ ਮੀਚ, ਹਰਖ ਸੋਗ ਸਹਿਸਾ ਸੰਸਾਰ, ਹਾਂ ਹਾਂ ਕਰਤ ਵਿਹਾਇ, ਜਿਨ ਕੀਏ ਤਿਸੈ ਨਾ ਜਾਣਨੀ, ਚਿਤਵਹਿ ਅਨਕ ਉਪਾਏ, ਆਦ ਬਿਆਦ ਉਪਾਦ ਰਸ, ਕਹੋ ਨਾ ਟੁੱਟੈ ਤਾਪ, ਪਾਰ ਬ੍ਰਹਮ ਪੂਰਨ ਧਣੀ, ਨੈ ਬੂਝੈ ਪ੍ਰਤਾਪ, ਮੋਹ ਭਰਮ ਬੂੜਤ ਕਣੋ, ਮਹਾਨਰਕ ਮੈਂ ਬਾਸ, ਕਰ ਕਿਰਪਾ ਪ੍ਰਭ ਰਾਖ ਲਿਓ, ਨਾਨਕ ਤੇਰੀ ਆਸ। ਸਲੋਕ ਤੀਨ ਵਿਆਪੈ ਜਗਤ ਕੋ, ਤੁਰਿਆ ਪਾਵੈ ਕੋਏ। ਸੰਸਾਰ ਤਿੰਨਾਂ ਗੁਣਾਂ ਵਿੱਚ ਵਿਆਪਤ ਹੈ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਤੁਰਿਆ ਅਵਸਥਾ, ਚੌਥੀ ਅਵਸਥਾ, ਸਹਿਜ ਅਵਸਥਾ, ਨਿਜ ਘਰ,
ਜਿੱਥੇ ਆਨੰਦ ਹੈ, ਜਿੱਥੇ ਸਹਿਜ ਹੈ, ਜਿੱਥੇ ਟਿਕਾਓ ਹੈ, ਜਿੱਥੇ ਮਨ ਦੇ ਫੁਰਨੇ ਖਤਮ ਹੋ ਜਾਂਦੇ ਨੇ, ਜਿੱਥੇ ਸੰਪੂਰਨ ਗਿਆਨ ਹੈ, ਉਸ ਨੂੰ ਤੁਰੀਆ ਅਵਸਥਾ ਕਹਿੰਦੇ ਨੇ। ਮਰਗ ਨੇ ਕੋਈ ਵਿਰਲਾ ਵਿਰਲਾ ਪਾਉਂਦਾ ਹੈ। ਨਾਨਕ ਸੰਤ ਨਿਰਮਲ ਪਏ, ਪੰਜਵੇਂ ਨਾਨਕ ਪਾਤਸ਼ਾਹ ਕਹਿੰਦੇ ਤੇਰੇ ਪਿਆਰੇ ਨੇ ਉਹ ਨਿਰਮਲ ਅਵਸਥਾ ਵਾਲੇ ਹੋ ਗਏ, ਅੰਦਰੋਂ ਬਾਹਰੋਂ, ਅੰਦਰੋਂ ਨਿਰਮਲ ਬਾਹਰੋਂ ਨਿਰਮਲ। ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚਿਆ ਨਾਹੀਂ, ਮਨਸੈ ਸੱਚ ਸਮਾਨ, ਜਨਮ ਰਤਨ ਜਿਨੀ ਖੱਟਿਆ ਭਲੇ ਸੇ ਬਣ ਜਾ ਰਹੇ। ਉਹਨਾਂ ਦੀ ਗੱਲ ਕਰਦੇ ਨੇ ਮਹਾਰਾਜ ਇੱਥੇ, ਕਹਿੰਦੇ ਉਹ ਅੰਦਰੋਂ ਅਤੇ ਬਾਹਰੋਂ ਨਿਰਮਲ ਨੇ। ਜਿਨ ਮਨ ਵਸਿਆ ਸੋ, ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵਸ ਗਿਆ ਉਹ ਸਹੀ ਮਾਨੇ ਵਿੱਚ ਨਿਰਮਲ ਹੋ ਗਏ, ਪਵਿੱਤਰ ਹੋ ਗਏ। ਪੌੜੀ ਤ੍ਰਿਤੀਆ ਤ੍ਰੈ ਗੁਣ ਵਿਖੇ ਫਲ, ਕਬ ਉੱਤਮ ਕਬ ਨੀਚ, ਨਰਕ ਸੁਰਗ ਭਰਮ ਤੋਂ ਘਣੋ, ਸਦਾ ਸੰਘਾਰੈ ਮੀਚ। ਤ੍ਰਿਤੀਆ ਜਿਹਨੂੰ ਅਸੀਂ ਤੀਜ ਕਹਿੰਦੇ ਹਾਂ ਆਪਣੀ ਭਾਸ਼ਾ 'ਚ, ਉਹਦਾ ਵਿਸ਼ਾ ਦੱਸਦਾ ਕਿ ਤ੍ਰੈ ਗੁਣਾਂ ਵਿੱਚ ਸਾਰਾ ਸੰਸਾਰ ਵਿਆਪਤ ਹੈ। ਇਹਨੂੰ ਫਿਰ ਜ਼ਹਿਰ ਦੇ ਫਲ ਲੱਗਦੇ ਨੇ, ਵਿਖੇ ਫਲ, ਕਬ ਉੱਤਮ ਕਬ ਨੀਚ, ਕਦੇ ਉੱਚੇ ਅਤੇ ਕਦੇ ਬਿਲਕੁਲ ਥੱਲੇ ਜਾ ਡਿੱਗਦੇ ਨੇ। ਕਦੇ ਕਦੇ ਉੱਚੀ ਅਵਸਥਾ ਮਿਲਦੀ ਹੈ, ਐਸੀ ਗੱਲ ਨਹੀਂ, ਪਰ ਮੁੜ ਕੇ ਫਿਰ ਥੱਲੇ ਆ ਡਿੱਗਦਾ ਬੰਦਾ। ਇਹਨਾਂ ਤਿੰਨਾਂ ਗੁਣਾਂ ਵਿੱਚ ਊਚ ਨੀਚ ਬਣੀ ਹੋਈ, ਕਦੇ ਮਨ ਊਬ ਕਦੇ ਪਿਆ। ਨਰਕ ਸੁਰਗ ਭਰਮ ਤੋਂ ਘਣੋ, ਦੁੱਖ ਸੁੱਖ ਭੋਗਦਾ ਬੜੇ। ਸਦਾ ਸੰਘਾਰੈ ਮੀਚ, ਸਦਾ ਹੀ ਮੌਤ ਦਾ ਡਰ ਬਣਿਆ ਰਹਿੰਦਾ ਹੈ। ਮੌਤ ਦਾ ਡਰ, ਡਿੱਗਣ ਦਾ ਡਰ, ਡਿੱਗ ਜਾਣ ਦਾ ਡਰ, ਜਿਹੜਾ ਮੌਤ ਦਾ ਡਰ ਹੈ ਉਹ ਬਣਿਆ ਰਹਿੰਦਾ ਹੈ। ਹਰਖ ਸੋਗ ਸਹਿਸਾ ਸੰਸਾਰ, ਹਉ ਹਉ ਕਰਤ ਬਿਹਾਏ। ਇਹ ਸੰਸਾਰ ਦੇ ਵਿੱਚ ਕਦੇ ਖੁਸ਼ੀ ਹੈ, ਕਦੇ ਗਮ ਹੈ, ਸਹਿਸੇ ਨੇ ਭਰਮ ਨੇ ਸੰਸਾਰ ਦੇ। ਬਸ ਮੈਂ ਕਰਦਿਆਂ, ਹਉ ਹਉ ਕਰਦਿਆਂ ਸਾਰੀ ਉਮਰ ਨਿਕਲ ਗਈ। ਜਿਨ ਕੀ ਏ ਤਿਸੇ ਨਾ ਜਾਣਨੀ, ਇਹ ਜੀਵ ਜਿਸਨੇ ਪੈਦਾ ਕੀਤੇ ਸਨ ਮਨੁੱਖਾਂ ਨੂੰ, ਉਹਨਾਂ ਨੂੰ ਉਸ ਨੂੰ ਨਹੀਂ ਜਾਣਦਾ ਪਿਆ। ਜਿਸਨੇ ਉਹਨੂੰ ਪੈਦਾ ਕੀਤਾ ਸੀ ਉਹਨੂੰ ਭੁੱਲ ਬੈਠਾ। ਚਿਤਵੇਂ ਅਣਕੋ ਪਾਏ, ਪਰ ਸਿਮਰਦਾ ਹੋਰ ਤਰੀਕਿਆਂ ਨਾਲ, ਜਪ ਤਪ ਦਾਨ ਪੁੰਨ ਤੀਰਥ ਇਸ਼ਨਾਨ, ਇੱਧਰ ਨੂੰ ਤੁਰ ਪਿਆ, ਕਰਮਕਾਂਡਾਂ ਵੱਲ ਨੂੰ ਤੁਰ ਪਿਆ। ਜਾਣਨਾ ਸੀ ਉਹਨੂੰ ਜਿਹਨੇ ਇਹਨੂੰ ਪੈਦਾ ਕੀਤਾ ਸੀ, ਪਰ ਤੁਰ ਪਿਆ ਹੋਰ ਪਾਸੇ ਨੂੰ। ਚਿਤਵਣਾ ਜਿਹੜਾ ਹੈ ਉਹ ਚੇਤੇ 'ਚ ਕੁਛ ਹੋਰ ਵਸ ਗਿਆ। ਅਣਕ ਉਪਾਏ, ਆਦ ਬਿਆਦ ਉਪਾਦ ਰਸ, ਕਭੂ ਨਾ ਟੁੱਟੈ ਤਾਪ। ਆਦ ਬਿਆਦ ਉਪਾਦ, ਮਨ ਦੇ ਰੋਗ, ਸਰੀਰ ਦੇ ਦੁੱਖ, ਛਲ ਛਲੇਵਾ, ਅਤੇ ਇਹਨਾਂ ਤੋਂ ਪੈਦਾ ਹੋਣ ਵਾਲੇ ਵਿਸ਼ਿਆਂ ਤੋਂ ਫਿਰ ਰਸ ਨੇ ਜਿਹੜੇ, ਉੱਧਰ ਨੂੰ ਤੁਰ ਪਿਆ। ਅੰਦਰਲਾ ਤਾਪ ਨਾ ਟੁੱਟਿਆ, ਤਾਂ ਹੀ ਮਰਗ ਨੇ ਤੀਨੇ ਤਾਪ ਨਿਵਾਰਨ ਹਾਰਾ, ਦੁੱਖ ਹੰਤਾ ਸੁਖ ਰਾਸ, ਤਾਂ ਕੋ ਵਿਘਨ ਨਾ ਕੋ ਡਾਗੈ, ਜਾਂ ਕਿ ਪ੍ਰਭ ਆਗੈ ਅਰਦਾਸ। ਕਿਉਂਕਿ ਤਿੰਨਾਂ ਰਸਾਂ ਵਿੱਚ ਹੀ ਉਲਝਿਆ ਹੋਇਆ ਮਨੁੱਖ, ਇਹਦਾ ਅੰਦਰਲਾ ਤਾਪ ਨਾ ਟੁੱਟਿਆ। ਪਾਰ ਬ੍ਰਹਮ ਪੂਰਨ ਧਣੀ, ਮੈਂ ਬੂਝੈ ਪ੍ਰਤਾਪ। ਉਹ ਪ੍ਰਭੂ, ਉਹ ਵਾਹਿਗੁਰੂ ਪਾਰ ਬ੍ਰਹਮ ਹੈ, ਇਸ ਬ੍ਰਹਮ ਤੋਂ ਵੀ ਪਰੇ ਪੂਰਨ ਹੈ। ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ਰ ਹੈ, ਉਹ ਪੂਰਨ ਮਾਲਕ ਹੈ। ਨਹਿ ਬੂਝੈ ਪ੍ਰਤਾਪ, ਇਹ ਜੀਵ ਜਿਹੜਾ ਹੈ, ਮਨੁੱਖ ਜਿਹੜਾ ਹੈ, ਉਹਦੀ ਵਡਿਆਈ ਨੂੰ ਨਹੀਂ ਸਮਝ ਰਿਹਾ, ਉਹਦੀਆਂ ਵਡਿਆਈਆਂ ਨੂੰ, ਪ੍ਰਤਾਪ ਨੂੰ ਨਹੀਂ ਸਮਝ ਰਿਹਾ। ਮਤਲਬ ਕਹਿੰਦੇ ਪ੍ਰਤਾਪ ਤੁਮਾਰਾ ਦੇਖ ਕੇ ਜਮ ਦੂਤ ਡਰ ਜਾਏ, ਉਹਦੇ ਪ੍ਰਤਾਪ ਨੂੰ ਭੁੱਲ ਬੈਠਾ।
ਮੋਹ ਭਰਮ ਬੂਡਤ ਕਣੋ, ਕਹਿੰਦੇ ਮੋਹ ਦੇ ਵਿੱਚ ਭਰਮਾਂ ਵਿੱਚ ਪੂਰਨ ਤੌਰ 'ਤੇ ਡੁੱਬਿਆ ਪਿਆ, ਭਰਮ ਭੁਲੇਖੇ ਨੇ ਮੋਹ ਵਿੱਚ ਫਸਿਆ ਹੋਇਆ। ਮਹਾਨਰਕ ਮੈਂ ਵਾਸ, ਵਾਸਾ ਕਾਹਦੇ 'ਚ? ਮਹਾਨਰਕ, ਉਸ ਨਰਕ ਵਿੱਚ ਪੂਰਨ ਤੌਰ 'ਤੇ ਡੁੱਬ ਬੈਠਾ ਮੋਹ ਦੇ ਅਧੀਨ ਹੋ ਕੇ। ਕਰ ਕਿਰਪਾ ਪ੍ਰਭ ਰੱਖ ਲਿਓ ਨਾਨਕ ਤੇਰੀ ਆਸ। ਹੇ ਪ੍ਰਭੂ, ਹੁਣ ਸਾਨੂੰ ਤੇਰੀ ਹੀ ਆਸ ਹੈ, ਕਿਰਪਾ ਕਰਕੇ ਰੱਖ ਲਓ, ਤੁਸੀਂ ਕਿਰਪਾ ਕਰੋ, ਨਹੀਂ ਤੇ ਜੀਵ ਦਾ ਅਤੇ ਆਹ ਕਰਮ ਉੱਪਰ ਦੱਸ ਆਏ ਨੇ। ਤੈਨੂੰ ਜਾਣਨ ਦੀ ਬਜਾਏ, ਤੇਰੀਆਂ ਵਡਿਆਈਆਂ ਨੂੰ ਜਾਣਨ ਦੀ ਬਜਾਏ, ਤੇਰੇ ਨਾਲ ਗੁਣਾਂ ਦੀ ਸਾਂਝ ਪਾਉਣ ਦੀ ਬਜਾਏ, ਉੱਥੇ ਕਰਮਕਾਂਡਾਂ ਨੂੰ ਪਹਿਲ ਦੇ ਰਹੇ ਨੇ ਲੋਕ। ਇਹ ਤੀਜ ਅਵਸਥਾ ਸਾਨੂੰ ਇਹ ਦੱਸਦੀ ਹੈ। ਹਾਂਜੀ, ਸਲੋਕ ਚਾਤੁਰ ਸਿਆਣਾ ਸੁਗੜ ਸੋਏ, ਜਿਨ ਤਦਿਆ ਅਭਿਮਾਨ, ਚਾਰ ਪਦਾਰਥ ਪਦਾਰਥ ਅਸ਼ਟ ਸਿੱਧ। ਸਲੋਕ ਚਤੁਰ ਸਿਆਣਾ ਸੁਗੜ ਸੋਏ, ਜਿਨ ਤਜਿਆ ਅਭਿਮਾਨ, ਚਾਰ ਪਦਾਰਥ ਅਸ਼ਟ ਸਿੱਧ, ਭਜ ਨਾਨਕ ਹਰ ਨਾਮ। ਕਿਉਂਕਿ ਮਨੁੱਖ ਚਤੁਰ ਸਿਆਣਾ ਦੂਜਿਆਂ ਨਾਲੋਂ ਬਣਨ ਦੀ ਕੋਸ਼ਿਸ਼ ਕਰਦਾ ਹੈ। ਆਮ ਕਰਕੇ ਅਸੀਂ ਆਮ ਪਿੰਡਾਂ ਵਿੱਚ ਵੀ ਵੇਖਦੇ ਹਾਂ, ਸ਼ਹਿਰਾਂ ਵਿੱਚ ਵੀ ਬਿਮਾਰੀ ਪੈਂਦੀ ਹੈ ਕਿ ਸਿਆਣੇ ਨੂੰ ਪੁੱਛ ਕੇ ਆਏ ਹਾਂ, ਸਿਆਣੇ ਕੋਲ ਜਾ ਕੇ ਆਏ ਹਾਂ। ਪੁੱਛੀ ਤਾਂ ਵੀ ਸਿਆਣੇ ਦੀ ਕੀ ਪਰਿਭਾਸ਼ਾ ਹੈ, ਜਿਹੜਾ ਸਾਨੂੰ ਆਉਣ ਵਾਲੇ ਸਮੇਂ ਬਾਰੇ ਦੱਸਦਾ ਪਿਆ ਹੈ। ਅੱਜ ਦਾ ਨਹੀਂ ਪਤਾ ਉਹਨੂੰ, ਆਉਣ ਵਾਲੇ ਸਮੇਂ ਬਾਰੇ ਦੱਸਦਾ ਰਿਹਾ। ਪਰ ਗੁਰਬਾਣੀ ਸਾਨੂੰ ਐਜ ਪ੍ਰੈਜੈਂਟ ਦੀ ਗੱਲ ਕਰਦੀ ਹੈ ਕਿ ਅੱਜ ਜੋ ਵਰਤਮਾਨ ਤੇਰੇ ਕੋਲ ਹੈ ਉਹਦੇ 'ਚ ਜਿਉਂ। ਆਉਣ ਵਾਲੇ ਸਮੇਂ ਦਾ ਕੋਈ ਪਤਾ ਨਹੀਂ, ਜੋ ਲੰਘ ਚੁੱਕਿਆ ਉਹ ਸਾਡੀ ਬੱਸ ਤੋਂ ਬਾਹਰ ਹੈ, ਉਹ ਤਾਂ ਨਿਕਲ ਚੁੱਕਿਆ ਸਮਾਂ। ਇੱਥੇ ਹੁਣ ਮਾਰੇ ਕਹਿੰਦੇ ਚਤੁਰ ਸਿਆਣਾ ਸੁਗੜ ਸੋਏ, ਚਲਾਕ ਸਿਆਣਾ ਗੰਭੀਰ ਸਹੀ ਮਿਣ ਵਿੱਚ ਉਹ ਹੀ ਹੈ ਜਿਨ ਤਜਿਆ ਅਭਿਮਾਨ, ਜਿਸਨੇ ਅੰਦਰੋਂ ਆਪਣਾ ਹੰਕਾਰ ਤਿਆਗ ਦਿੱਤਾ। ਸਹੀ ਮਿਣਾਂ ਵਿੱਚ ਸਿਆਣਾ ਸੁਗੜ ਗੰਭੀਰ ਉਹ ਹੀ ਹੈ। ਚਾਰ ਪਦਾਰਥ ਅਸ਼ਟ ਸਿੱਧ, ਭਜ ਨਾਨਕ ਹਰ ਨਾਮ। ਮਾਰੇ ਕਹਿੰਦੇ ਪਰਮਾਤਮਾ ਦਾ ਨਾਮ ਸਿਮਰਨਾ ਕਰ, ਇਹ ਚਾਰੇ ਪਦਾਰਥ ਧਰਮ ਅਰਥ ਕਾਮ ਮੋਕਸ਼ ਅਸ਼ਟ ਸਿੱਧ 9 ਨਿਧੀਆਂ 18 ਸਿੱਧੀਆਂ ਮੰਨੀਆਂ ਗਈਆਂ ਨੇ, ਇਹ ਸਾਰੀਆਂ ਹੀ ਤੇਰੇ ਕੋਲ ਸੁਭਾਵਿਕ ਆ ਜਾਣਗੀਆਂ। ਤੂੰ ਉਸ ਪਰਮਾਤਮਾ ਨਾਮ ਨਾਲ ਜੁੜਨਾ ਕਰ, ਇਹ ਬਹੁਤੀਆਂ ਸਦਾਰਾਂ ਚਲਾਕੀਆਂ ਚੁਸਤੀਆਂ ਵਿੱਚ ਨਾ ਪੈ। ਅਸ਼ਟ ਸਿੱਧ ਪੌੜੀ ਚਤੁਰਥ ਚਾਰੇ ਵੇਦ ਸੁਣ, ਸੋ ਦਿਓ ਤਤ ਵਿਚਾਰ। ਚੌਥ ਸਾਨੂੰ ਇਹ ਗੱਲ ਦੱਸਦੀ, ਚੌਥ ਨੂੰ ਮੁੱਖ ਰੱਖ ਕੇ ਮਹਾਰਾਜ ਸਪਸ਼ਟ ਕਰਦੇ ਨੇ ਕਿ ਚਾਰੇ ਵੇਦ ਸੁਣ। ਚਾਰੇ ਵੇਦਾਂ ਨੂੰ ਸੁਣਿਆ ਅਤੇ ਖੋਜਿਆ, ਰਿੜਕਿਆ, ਸਮਝਿਆ, ਵਿਚਾਰਿਆ, ਤੱਤ ਵਿਚਾਰ ਨਿਕਲਿਆ। ਸਰਬ ਖੇਮ ਕਲਿਆਣ ਨਿਧ, ਰਾਮ ਨਾਮ ਜਪ ਸਾਰ। ਕਿ ਸਾਰੇ ਹੀ ਖੁਸ਼ੀਆਂ ਅਤੇ ਖੁਸ਼ੀਆਂ ਦਾ ਖਜ਼ਾਨਾ, ਇਹ ਜਿਹੜਾ ਤੱਤ ਵਸਤੂ ਹੈ ਉਹ ਪਰਮਾਤਮਾ ਦਾ ਨਾਮ ਹੈ, ਇਹ ਸਭ ਤੋਂ ਉੱਤਮ ਹੈ। ਪਰਮਾਤਮਾ ਦਾ ਨਾਮ ਸਭ ਤੋਂ ਉੱਤਮ ਹੈ। ਕਹਿੰਦੇ ਇਹ ਚਾਰੇ ਵੇਦ ਖੋਜ ਕੇ ਸਮਝ ਆਈ, ਤਾਂ ਹੀ ਮਾਰੇ ਕਹਿੰਦੇ ਵੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰ ਹੈ। ਵਿਚਾਰ ਨਹੀਂ ਕੀਤੀ ਅਸੀਂ ਉਹਨਾਂ ਦੀ, ਅਸੀਂ ਪਾਤਰਾਂ ਨਾਲ ਤੁਰ ਪਏ। ਪਹਿਲਾਂ
ਸਮਝਾਉਣ ਦਾ ਤਰੀਕਾ ਸੀ ਉਹ ਕਹਾਣੀਆਂ ਦੁਆਰਾ ਸੀ। ਅਸੀਂ ਉਹ ਕਹਾਣੀਆਂ ਦੇ ਪਾਤਰਾਂ ਨਾਲ ਤੁਰ ਪਏ, ਜੋ ਸਮਝਾਇਆ ਗਿਆ ਉਹਨੂੰ ਭੁੱਲ ਗਏ। ਇੱਥੇ ਹੁਣ ਮਾਲਕ ਨੇ ਜਦੋਂ ਖੋਜ ਕੇ ਵੇਖਿਆ, ਸਮਝ ਕੇ ਵੇਖਿਆ, ਤਦ ਵਿਚਾਰ ਇਹ ਨਿਕਲਿਆ ਕਿ ਪਰਮਾਤਮਾ ਦਾ ਨਾਮ ਜਿਹੜਾ ਉਹ ਸਭ ਤੋਂ ਉੱਤਮ ਹੈ, ਸ੍ਰੇਸ਼ਟ ਹੈ। ਨਰਕ ਨਿਵਾਰ ਹੈ ਦੁੱਖ ਹਰੈ ਟੂਟੈ ਅਨਕ ਕਲੇਸ਼, ਮੀਚ ਹੁਟੈ ਜਮਤੇ ਛੁਟੈ ਹਰ ਕੀਰਤਨ ਪ੍ਰਵੇਸ਼। ਜਦੋਂ ਤੇਰੇ ਹਿਰਦੇ ਵਿੱਚ ਉਸ ਪਰਮਾਤਮਾ ਦੇ ਹਰੀ ਦੀ ਕੀਰਤੀ, ਕੀਰਤਨ, ਵਡਿਆਈ ਪ੍ਰਵੇਸ਼ ਕਰ ਜਾਏਗੀ, ਕਹਿੰਦੇ ਕੀ ਹੋਏਗਾ, ਨਰਕ ਨਿਵਾਰ ਹੈ, ਤੈਨੂੰ ਨਰਕਾਂ ਤੋਂ ਦੂਰ ਰੱਖੇਗੀ, ਨਰਕਾਂ ਵਿੱਚ ਨਹੀਂ ਜਾਣਾ ਪਏਗਾ। ਦੁੱਖ ਹਰੈ, ਪਰਮਾਤਮਾ ਨਾਮ ਤੇਰੇ ਦੁੱਖਾਂ ਨੂੰ ਹਰਨ ਵਾਲਾ ਹੈ। ਟੂਟੈ ਅਨਕ ਕਲੇਸ਼, ਤੇਰੇ ਅਨੇਕਾਂ ਹੀ ਅੰਦਰਲੇ ਮਨ ਦੇ ਕਲੇਸ਼ ਨੇ ਜਿਹੜੇ ਝੇੜੀ ਬੈਠੇ, ਇਹ ਵੀ ਟੁੱਟ ਜਾਣਗੇ। ਮੀਚ ਹੁਟੈ, ਮੌਤ ਦਾ ਡਰ ਵੀ ਦੂਰ ਹੋ ਜਾਏਗਾ। ਮੀਚ ਹੁਟੈ ਜਮ ਤੇ ਛੁਟੈ, ਇਹਨਾਂ ਜਮਾਂ ਤੋਂ ਤੇਰਾ ਛੁਟਕਾਰਾ ਹੋ ਜਾਏਗਾ। ਹਰ ਕੀਰਤਨ ਪ੍ਰਵੇਸ਼, ਹਰੀ ਦੀ ਕੀਰਤੀ ਤੇਰੇ ਜਦੋਂ ਹਿਰਦੇ ਵਿੱਚ ਪ੍ਰਵੇਸ਼ ਕਰ ਜਾਏਗੀ। ਇਸ ਕਰਕੇ ਪਰਮਾਤਮਾ ਦੇ ਨਾਮ ਨੂੰ ਜਪਣਾ ਕਰ, ਉਹ ਹੀ ਸਭ ਤੋਂ ਉੱਤਮ ਅਤੇ ਸ੍ਰੇਸ਼ਟ ਹੈ। ਭਉ ਬਿਨਸੈ ਅੰਮ੍ਰਿਤ ਰਸੈ ਰੰਗ ਰਤੇ ਨਿਰੰਕਾਰ, ਉਸ ਪਰਮਾਤਮਾ ਦੇ ਰੰਗ ਵਿੱਚ, ਉਹਦੇ ਪ੍ਰੇਮ ਵਿੱਚ ਰੱਤੇ ਹੋਏ ਨੇ ਜਿਹੜੇ ਨਿਰੰਕਾਰ ਦੇ, ਭਉ ਬਿਨਸੈ ਉਹਨਾਂ ਅੰਦਰੋਂ ਡਰ ਚਲਾ ਗਿਆ। ਅੰਮ੍ਰਿਤ ਰਸੈ, ਉਹਨਾਂ ਦੇ ਹਿਰਦੇ ਵਿੱਚ ਅੰਮ੍ਰਿਤ ਰਸ ਦਾ ਰਹਿੰਦਾ। ਸਾਡੇ ਅੰਦਰ ਜ਼ਹਿਰ ਹੈ ਨਾ, ਵਿਸ਼ ਘੋਲਦੇ ਰਹਿੰਦੇ ਹਾਂ, ਸਾਡੇ ਅੰਦਰ ਨਿੰਦਿਆ, ਈਰਖਾ, ਇਹ ਚੱਲਦੀ ਰਹਿੰਦੀ। ਇਸੇ ਤਰ੍ਹਾਂ ਹੀ ਉਹਨਾਂ ਦੇ ਅੰਦਰ ਜਿਹੜੇ ਗੁਰਮੁਖ ਨੂੰ ਸਿਮਰਦੇ ਨੇ, ਜਿਹੜੇ ਧਿਆਉਂਦੇ ਨੇ, ਤੂੰ ਵੀ ਧਿਆ ਕੇ ਵੇਖ ਮਹਾਰਾਜ, ਕਹਿੰਦੇ ਜਿਹੜੇ ਸਿਮਰਨਗੇ ਉਹਨਾਂ ਅੰਦਰ ਅੰਮ੍ਰਿਤ ਰਸਦਾ। ਅੰਮ੍ਰਿਤ ਰਸ ਹੈ ਰੰਗ ਰੱਤੇ ਨਿਰੰਕਾਰ, ਦੁੱਖ ਦਾਰਿਦ ਅਪਵਿੱਤਰਤਾ ਨਾਸੈ ਨਾਮ ਆਧਾਰ। ਜਿਹਨਾਂ ਨੂੰ ਨਾਮ ਦਾ ਆਧਾਰ ਹੈ, ਆਸਰਾ ਹੈ, ਉਹਨਾਂ ਦੇ ਦੁੱਖ ਦਾਰਿਦਰ ਭਾਵ ਗਰੀਬੀ ਅੰਦਰਲੀ ਉਹ ਵੀ ਚਲੀ ਗਈ। ਦੁੱਖ ਦਾਰਿਦਰ ਅਪਵਿੱਤਰਤਾ ਅੰਦਰਲੀ ਅਪਵਿੱਤਰਤਾ ਜਿਹੜਾ ਮਾੜਾਪਣ ਸੀ ਅੰਦਰ ਉਹ ਵੀ ਗਿਆ। ਦਰਿਦਰ ਗਰੀਬੀ ਜਿਹੜੀ ਬਾਤ, ਭੈੜੀ ਸੋਚ ਉਹ ਵੀ ਚਲੀ ਗਈ। ਨਾਸੈ ਨਾਮ ਆਧਾਰ, ਇਹ ਚੀਜ਼ਾਂ ਨਾਮ ਦੇ ਆਸਰੇ ਚਲੀਆਂ ਗਈਆਂ। ਸੁਰ ਨਰ ਮੁਨ ਜਨ ਖੋਜ ਤੇ ਸੁਖ ਸਾਗਰ ਗੋਪਾਲ। ਸੁਰ ਨਰ, ਸੁਰ ਕਹਿੰਦੇ ਨੇ ਦੇਵਤਿਆਂ, ਮੁਨ ਰਿਸ਼ੀ ਮੁਨੀ, ਨਰ ਮਨੁੱਖ, ਜਨ ਸੇਵਕ, ਕਹਿੰਦੇ ਖੋਜਦੇ ਨੇ ਸਾਰੇ ਵਿਅਕਤੀ ਨੂੰ। ਤੂੰ ਸੁੱਖਾਂ ਦਾ ਸਾਗਰ ਹੈ, ਗੋਪਾਲ ਹੈ, ਧਰਤੀ ਦੀ ਪਾਲਣਾ ਕਰਨ ਵਾਲਾ ਹੈ। ਮਨ ਨਿਰਮਲ ਮੁਖ ਉਜਲਾ ਹੋਏ ਨਾਨਕ ਸਾਧਰਵਾਲ। ਸਾਧ ਗੁਰੂ ਦੀ ਚਰਨ ਧੂੜ ਹੋਣ ਨਾਲ, ਜਦੋਂ ਤੂੰ ਚਰਨ ਧੂੜ ਹੋ ਜਾਏਗਾ, ਮਨ ਤੇਰਾ ਬਰੀਕ ਹੋ ਜਾਏਗਾ, ਮਨ ਦਾ ਹੰਕਾਰ ਟੁੱਟ ਜਾਏਗਾ, ਕਹਿੰਦੇ ਮਨ ਨਿਰਮਲ ਮੁਖ ਉਜਲਾ, ਤੇਰਾ ਮਨ ਨਿਰਮਲ ਹੋ ਜਾਏਗਾ, ਮੁਖ ਉਜਲ ਹੋ ਜਾਏਗਾ, ਫਿਰ ਤੈਨੂੰ ਉਸ ਮਾਲਕ ਦੇ ਦਰ 'ਤੇ ਜਾ ਕੇ ਨੀਵੀਂ ਨਹੀਂ ਪਾਉਣੀ ਪਏਗੀ। ਇਸ ਕਰਕੇ ਮਾਲਕ ਨੇ ਜਿਹੜੇ ਉਸ ਗੁਰੂ ਦੀ ਚਰਨ ਧੂੜ ਹੋ ਗਏ, ਉਹਨਾਂ ਦੀ ਅਵਸਥਾ ਇਹ ਬਣ ਗਈ, ਫਿਰ ਉਹ ਮੁੱਖ ਉਜਲ ਲੈ ਕੇ ਮਾਲਕ ਦੇ ਦਰ 'ਤੇ ਪਹੁੰਚੇ।
ਹਾਂਜੀ ਸਲੋਕ ਪੰਚ ਵਿਕਾਰ ਮਨ ਮੈਂ ਬਸੇ ਪੰਚ ਵਿਕਾਰ ਮਨ ਮੈਂ ਬਸੇ ਰਾਚੇ ਮਾਇਆ ਸੰਗ ਮਾਇਆ ਸੰਗ ਸਾਧ ਸੰਗ ਹੋਏ ਨਿਰਮਲਾ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੈ ਰੰਗ ਪ੍ਰਭ ਕੈ ਰੰਗ ਪੌੜੀ ਪੰਚਮ ਪੰਚ ਪ੍ਰਧਾਨ ਤੇ ਪੰਚਮ ਪੰਚ ਪ੍ਰਧਾਨ ਤੇ ਜੈ ਜਾਣਿਓ ਪਰਪੰਚ ਜਾਣਿਓ ਪਰਪੰਚ ਕੁਸੁਮ ਬਾਸ ਬਹੁ ਰੰਗ ਘਣੋ ਬਾਸ ਬਹੁ ਰੰਗ ਘਣੋ ਸਭ ਮਿਥਿਆ ਬਲਵੰਚ ਮਿਥਿਆ ਬਲਵੰਚ ਨੈ ਜਾਪੈ ਨੈ ਬੂਝੀਐ ਜਾਪੈ ਨੈ ਕਸ ਕਰਤ ਵਿਚਾਰ ਕਰਤ ਵਿਚਾਰ ਸਵਾਦ ਮੋਰਸ ਵੇਦਿਓ ਮੋਰਸ ਵੇਦਿਓ ਅਗਿਆਨ ਰਚਿਓ ਸੰਸਾਰ ਰਚਿਓ ਸੰਸਾਰ ਜਨਮ ਮਰਨ ਬਹੁ ਜੋਨ ਪਰਮਨ ਬਹੁ ਜੋਨ ਪਰਮਨ ਕਿਨੇ ਕਰਮ ਅਨੇਕ ਕਰਮ ਅਨੇਕ ਰਚਨਹਾਰ ਨੈ ਸਿਮਰਿਓ ਰਚਨਹਾਰ ਨੈ ਸਿਮਰਿਓ ਮਨ ਨਾ ਵਿਚਾਰ ਵਿਵੇਕ ਵਿਚਾਰ ਵਿਵੇਕ ਭਾਉ ਭਗਤ ਭਗਵਾਨ ਸੰਗ ਭਗਵਾਨ ਸੰਗ ਮਾਇਆ ਲਿਪਤ ਨਾਰੰਚ ਨਾਨਕ ਬਿਰਲੇ ਪਾਈ ਹੈ ਜੋ ਨਾ ਰਚੈ ਪਰਪੰਚ ਸਲੋਕ ਪੰਚ ਵਿਕਾਰ ਮਨ ਮੈਂ ਬਸੇ ਰਾਚੇ ਮਾਇਆ ਸੰਗ ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੈ ਰੰਗ ਪੰਚ ਵਿਕਾਰ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਇਹ ਪੰਜ ਬੁਰਾਈਆਂ ਮਨ ਮੈਂ ਬਸੇ ਮਨ 'ਚ ਵਸ ਗਏ ਪੰਜੇ ਪੰਚ ਵਿਕਾਰ ਮਨ ਮੈਂ ਬਸੇ ਰਾਚੇ ਮਾਇਆ ਸੰਗ ਅਤੇ ਦੂਜਾ ਮਾਇਆ ਦਾ ਸੰਗ ਉਹਦੇ 'ਚ ਰਚ ਮਿਚ ਗਏ ਜੀਵ ਦੀ ਵਿਆਖਿਆ ਨੂੰ ਮਰ ਕਰਦੇ ਨੇ ਕਿ ਜੀਵ ਦੀ ਹਾਲਤ ਇਹ ਬਣ ਗਈ ਕਿ ਸੰਗ ਪੰਜਾਂ ਦਾ ਮਾਇਆ ਵਿੱਚ ਰਚਿਆ ਹੋਇਆ ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੈ ਰੰਗ ਅਤੇ ਨਿਰਮਲ ਕਿਵੇਂ ਹੋਏਗਾ ਕਹਿੰਦੇ ਸਾਧ ਸੰਗ ਵਿੱਚ ਆ ਕੇ ਸਾਧ ਸੰਗ ਹੋਏ ਨਿਰਮਲਾ ਨਾਨਕ ਪ੍ਰਭ ਕੈ ਰੰਗ ਪ੍ਰਭੂ ਦੇ ਰੰਗ ਵਿੱਚ ਪ੍ਰਭੂ ਦੇ ਪ੍ਰੇਮ ਵਿੱਚ ਪ੍ਰਭੂ ਦੇ ਪ੍ਰੇਮ ਦੁਆਰਾ ਉਸ ਪਰਮਾਤਮਾ ਦੇ ਰੰਗ ਵਿੱਚ ਰਚ ਕੇ ਸਾਧ ਸੰਗ ਵਿੱਚ ਆ ਕੇ ਇਹ ਨਿਰਮਲ ਹੋ ਸਕਦਾ ਇਹ ਪਵਿੱਤਰ ਹੋ ਸਕਦਾ ਮਨ ਪਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵੇਂ ਕੈ ਰੰਗ ਇਸ ਕਰਕੇ ਇਹ ਮਨ ਦਾ ਇਸ਼ਨਾਨ ਜਿਹੜਾ ਉਹ ਬਾਣੀ ਦੁਆਰਾ ਹੁੰਦਾ ਅਤੇ ਇਹ ਪਵਿੱਤਰ ਹੋ ਸਕਦਾ ਪੌੜੀ ਪੰਚਮ ਪੰਚ ਪ੍ਰਧਾਨ ਤੇ ਜੇ ਜਾਣਿਓ ਪਰਪੰਚ ਪੰਚਮੀ ਜਿਹਨੂੰ ਅਸੀਂ ਪੰਚਮੀ ਕਹਿੰਦੇ ਹਾਂ ਉਸ ਨੂੰ ਉਧਾਰ ਲੈ ਕੇ ਮੈਂ ਕਹਿੰਦੇ ਪੰਚ ਪ੍ਰਧਾਨ ਤੇ ਇਹ ਸੰਸਾਰ ਵਿੱਚ ਮੁਖੀ ਜਨ
ਉਹ ਨੇ ਜੇ ਜਾਣਿਓ ਪਰਪੰਚ, ਜਿਨ੍ਹਾਂ ਨੇ ਇਸ ਖਿਲਾਰੇ ਨੂੰ, ਪੰਜ ਤੱਤਾਂ ਦੇ ਖਿਲਾਰੇ ਨੂੰ ਜਿਨ੍ਹਾਂ ਨੇ ਸਮਝ ਲਿਆ, ਜਾਣ ਲਿਆ, ਉਹ ਸਹੀ ਮਨੇ ਵਿੱਚ ਪੰਚ ਨੇ, ਆਗੂ ਹੋ ਗਏ, ਗੁਰਮੁਖ ਨੇ, ਪੰਚ ਪ੍ਰਵਾਨ, ਪੰਚ ਪ੍ਰਧਾਨ, ਪੰਚੇ ਪਾਵ ਹੈ ਦਰਗਹਿਮਾਨ, ਉਹਨਾਂ ਦੀ ਮਹਾਰਾਜ ਗੱਲ ਕਰਦੇ ਨੇ। ਕੁਸਮ ਬਾਸ ਬੋਰੰਗ ਘਣੋ ਸਭ ਮਿਥਿਆ ਬਲਵੰਚ, ਉਹਨਾਂ ਨੇ ਜਾਣ ਲਿਆ ਕਿ ਇਹ ਸਾਰਾ ਕੁਝ ਜੋ ਖਿਲਾਰਾ ਖਿਲ ਰਿਹਾ ਹੋਇਆ ਇਹ ਤੇ ਬਲਵੰਚ ਹੈ, ਇਹ ਸਹੀ ਮਨਿਆਂ ਵਿੱਚ ਠੱਗੀ ਹੈ। ਅਤੇ ਇਹ ਤੇ ਇਸ ਤਰ੍ਹਾਂ ਜਿਵੇਂ ਫੁੱਲਾਂ ਦੀ ਵਾਸ਼ਨਾ ਥੋੜ੍ਹੇ ਸਮੇਂ ਲਈ ਹੁੰਦੀ, ਕੁਸਮ ਬਾਸ ਬੋਰੰਗ ਘਣੋ ਵੇਖਣੋ ਚੰਗੇ ਵਧੀਆ ਖਿੜੇ ਫੁੱਲ ਨੇ, ਵਾਸ਼ਨਾ ਆਉਂਦੀ ਪਰ ਥੋੜ੍ਹੇ ਸਮੇਂ ਲਈ ਹੈ, ਸ਼ਾਮ ਨੂੰ ਮੁਰਝਾ ਜਾਏਗੀ, ਉਹ ਰੰਗ ਉੱਡ ਜਾਏਗਾ। ਇਹ ਮਾਇਆ ਦਾ ਰੰਗ ਵੀ ਇਸ ਤਰ੍ਹਾਂ ਹੀ ਹੈ। ਕੁਸਮ ਬਾਸ ਬਹੁ ਰੰਗ ਘਣੋ ਸਭ ਮਿਥਿਆ ਬਲਵੰਚ, ਸਾਰਾ ਕੁਝ ਝੂਠ ਹੈ, ਜੋ ਬਲਵੰਚ ਹੈ, ਜੋ ਠੱਗੀ ਹੈ, ਇਹ ਖਿਲਾਰਾ। ਉਹਨਾਂ ਨੂੰ ਸਮਝ ਆ ਗਈ ਇਸ ਗੱਲ ਦੀ, ਨਾ ਜਪ ਹੈ, ਨਾ ਬੂਝੀ ਹੈ, ਨਾ ਕਿਸੇ ਕਰਤ ਵਿਚਾਰ, ਨਾ ਉਹ ਸਮਝਦੇ ਨੇ ਲੋਕ, ਨਾ ਬੁੱਝਦੇ ਨੇ, ਨਾ ਵਿਚਾਰ ਕਰਦੇ ਨੇ। ਸਵਾਦ ਮੋਹ ਰਸ ਭੇਦਿਓ ਅਗਿਆਨ ਰਚਿਓ ਸੰਸਾਰ, ਪਰ ਸੰਸਾਰ ਜਿਹੜਾ ਹੈ ਸਵਾਦ ਵਿੱਚ, ਜੀਵ ਦੇ ਸਵਾਦ ਵਿੱਚ, ਮਨ ਦੇ ਮੋਹ ਵਿੱਚ ਵਿਆਪਤ ਹੋਇਆ ਹੋਇਆ ਹੈ। ਆਪਾਂ ਸੰਸਾਰ ਵਿੱਚ ਵੇਖਦੇ ਹਾਂ ਕਿ ਸੰਸਾਰਕ ਤੌਰ 'ਤੇ ਅਸੀਂ ਇੱਥੇ ਹੀ ਖੜ੍ਹੇ ਹਾਂ, ਅਸੀਂ ਇਸ ਨੂੰ ਸੱਚ ਮੰਨ ਲਿਆ, ਖਾਣਾ ਪੀਣਾ, ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ ਜਾਣਾ ਭੁੱਲ ਗਏ, ਇਸ ਪ੍ਰਪੰਚ ਨੂੰ ਲੋਕਾਂ ਨੇ ਸੱਚ ਮੰਨ ਲਿਆ। ਅਤੇ ਮੈਂ ਕਹਿੰਦਾ ਸਵਾਦ ਮੋਹ ਰਸ ਵਿਧਿਓ, ਇਹਨਾਂ ਰਸਾਂ ਵਿੱਚ ਵਿਧਿਆ ਹੋਇਆ ਅਗਿਆਨ ਰਚਿਓ ਸੰਸਾਰ, ਅਗਿਆਨਤਾ ਵਿੱਚ ਸੰਸਾਰ ਨੂੰ ਰਚਿਆ ਬੈਠਾ ਹੈ, ਇਹਨੂੰ ਵਿਆਪਤ ਹੋਈ ਬੈਠਾ ਹੈ, ਇਹਦੇ ਵਿੱਚ ਮਸਤ ਹੋਇਆ ਬੈਠਾ ਹੈ ਇਨਸਾਨ। ਜਨਮ ਮਰਨ ਬੋ ਜੋਨ ਭਰਮਣ, ਜੰਮਦਾ ਮਰਦਾ ਬੜੀਆਂ ਜੂਨਾਂ ਦਾ ਭਰਮਣ ਕਰਦਾ, ਆਉਂਦਾ ਜਾਂਦਾ, ਕਿੰਨੇ ਕਰਮ ਅਨੇਕ, ਕਹਿੰਦੇ ਬੜੇ ਕਰਮ ਕਰਦਾ, ਕਈ ਪ੍ਰਕਾਰ ਦੇ ਕਰਮ ਕਰਦਾ ਕਿ ਮੈਂ ਇਹਨਾਂ ਤੋਂ ਛੁਟਕਾਰਾ ਹੋ ਜਾਵਾਂ, ਮੇਰੀ ਮੌਤ ਨਾ ਆਵੇ। ਹਰ ਬੰਦਾ ਲੰਮੀ ਉਮਰ ਚਾਹੁੰਦਾ, ਦੇਹ ਰੋਗਤਾ ਦੀਆਂ ਅਰਦਾਸਾਂ ਅਸੀਂ ਹਰ ਰੋਜ਼ ਸੁਣਦੇ ਹਾਂ, ਲੰਮੀ ਉਮਰ ਦੀਆਂ ਅਰਦਾਸਾਂ ਹਰ ਕੋਈ ਸੁਣਦੇ ਹਾਂ, ਜਰ ਕੇ ਮਰਨਾ ਸੱਚ, ਜਿਉਣਾ ਝੂਠ ਹੈ, ਕੋਈ ਮਾੜੀ ਗੱਲ ਨਹੀਂ ਦੇਹ ਰੋਗਤਾ ਦੀ ਅਰਦਾਸ ਕਰਨੀ, ਜੇ ਉਹ ਦੇਹੀ ਸਿਮਰਦੀ ਉਹਨੂੰ, ਜਿਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭੱਜ ਹਰ ਕੀ ਸੇਵ, ਉੱਥੇ ਸਿਮਰਨ, ਜੇ ਸਿਮਰਨ ਵਾਸਤੇ ਦੇਹੀ ਦੀ ਅਸੀਂ ਮੰਗਦੇ ਹਾਂ ਚੰਗੀ ਗੱਲ ਹੈ, ਅਤੇ ਜੇ ਸਿਰਫ ਖਾਣ ਪੀਣ ਤੱਕ ਹੀ ਸੀਮਤ ਹੈ ਦੇਹੀ, ਫਿਰ ਤਾਂ ਪਸ਼ੂਆਂ ਅਤੇ ਮਨੁੱਖਾਂ ਵਿੱਚ ਕੋਈ ਫਰਕ ਨਹੀਂ ਰਿਹਾ, ਅਤੇ ਮਗਰ ਇਹਨਾਂ ਵਿੱਚ ਉਲਝਿਆ ਰਿਹਾ ਮਨੁੱਖ। ਰਚਨਹਾਰ ਨਹਿ ਸਿਮਰਿਓ ਮਨ ਨਾ ਵਿਚਾਰ ਵਿਵੇਕ, ਮਨ ਅੰਦਰ ਕਦੇ ਵਿਚਾਰ ਵਿਵੇਕ ਬੁੱਧੀ ਨਾਲ ਕੀਤੀ ਹੋਈ ਨਹੀਂ, ਉਹ ਸਿਮਰਨ ਸਿਰਜਣਹਾਰ ਉਹ ਵਾਹਿਗੁਰੂ ਅਕਾਲ ਪੁਰਖ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਰਚਿਆ, ਉਹਨੂੰ ਕਦੇ ਨਹੀਂ ਸਿਮਰਿਆ, ਕਦੇ ਸੱਚ ਨਾਲ, ਮਨ ਦੀ ਵਿਵੇਕ ਨਾਲ, ਬੁੱਧੀ ਨਾਲ ਉਸ ਪਰਮਾਤਮਾ ਨੂੰ ਸਿਮਰਨ ਦੀ ਕਦੇ ਕੋਸ਼ਿਸ਼ ਹੀ ਨਹੀਂ ਕੀਤੀ, ਇੱਧਰ ਨੂੰ ਗਿਆ ਹੀ ਨਹੀਂ ਕਦੇ। ਭਾਉ ਭਗਤ ਭਗਵਾਨ ਸੰਗ ਮਾਇਆ ਲਿਪਤ ਨਾਰੰਚ, ਭਾਉ ਭਗਤ ਭਗਵਾਨ ਸੰਗ, ਜਦੋਂ ਭਾਉ ਪ੍ਰੇਮ ਨਾਲ, ਭਗਤੀ ਨਾਲ, ਪ੍ਰੇਮਾ ਭਗਤੀ ਨਾਲ ਪਰਮਾਤਮਾ ਸੰਗ ਕੀਤਾ ਤਾਂ ਮਾਇਆ ਲਿਪਤ ਨਾ ਰੰਚ, ਉਹ ਮਾਇਆ ਨਾਲ ਰਤਾ ਭਰ ਵੀ ਲਿਪਟਦੇ ਨਹੀਂ, ਮਾਇਆ ਦਾ ਉਹਨਾਂ ਉੱਤੇ ਪ੍ਰਭਾਵ ਪੈਂਦੇ ਹੀ ਨਹੀਂ ਜਿਹੜੇ ਉਸ ਪਰਮਾਤਮਾ ਨੂੰ ਪ੍ਰੇਮ ਨਾਲ ਸਿਮਰਦੇ ਨੇ। ਸੱਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ,
ਕਿਉਂਕਿ ਉਹ ਜਾਣਦੇ ਨੇ ਕਿ ਇਹ ਮਾਇਆ ਦਾਸੀ ਭਗਤਾਂ ਦੀ ਕਾਰ ਕਮਾਵੇ। ਉਹ ਦਾਸੀ ਨੂੰ ਛੱਡ, ਪਰਮਾਤਮਾ ਨੂੰ ਛੱਡ ਕੇ, ਮਾਲਕ ਨੂੰ ਛੱਡ ਕੇ ਦਾਸੀ ਨੂੰ ਨਹੀਂ ਸਿਮਰਦੇ। ਇਸ ਕਰਕੇ ਫਿਰ ਮਾਲਕ ਕਹਿੰਦੇ, ਭਾਉ ਭਗਤ ਭਗਵਾਨ ਸੰਗ ਮਾਇਆ ਲਿਪਤ ਨਰੰਚ, ਨਾਨਕ ਬਿਰਲੇ ਪਾਈਐ ਜੋ ਨਾ ਰਚੈ ਪਰਪੰਚ। ਪਰ ਬਿਰਲੇ ਬਿਰਲੇ ਨੇ ਜਿਹੜੇ ਇਹ ਸੰਸਾਰ ਵਿੱਚ ਰਚਦੇ ਮਿਚਦੇ ਨਹੀਂ, ਇਹ ਪ੍ਰਪੰਚ ਵਿੱਚ ਜਿਹੜੇ ਰਚਦੇ ਮਿਚਦੇ ਨੇ, ਜਿਹੜੇ ਮੋਹ ਮਾਇਆ ਤੋਂ ਨਿਰਲੇਪ ਹੋ ਜਾਂਦੇ ਨੇ, ਇਹ ਸੰਸਾਰ ਵਿੱਚ ਰਹਿੰਦੇ ਹੋਏ ਉਸ ਪ੍ਰਭੂ ਨੂੰ ਸਿਮਰਦੇ ਨੇ, ਦੁਨੀਆਂ ਦੇ ਰਸਾਂ ਨੂੰ ਤਿਆਗ ਕੇ ਨਾਮ ਰਸ ਨੂੰ ਭੋਗਦੇ ਨੇ, ਉਹ ਵਿਰਲੇ ਵਿਰਲੇ ਨੇ। ਕਹਿੰਦੇ ਹੈਨ ਵਿਰਲੇ ਨਹੀਂ ਘਣੇ ਫੈਰ ਫੱਕੜ ਸੰਸਾਰ, ਉਹ ਸੰਸਾਰ ਵਿੱਚ ਵਿਰਲੇ ਜਿਹਨਾਂ ਉੱਤੇ ਉਹ ਕਿਰਪਾ ਕਰਦਾ, ਜਿਹਨਾਂ ਉੱਤੇ ਬਖਸ਼ਿਸ਼ ਕਰਦਾ। ਆਓ ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਅਸੀਂ ਵੀ ਗੁਰੂ ਅੱਗੇ ਅਰਦਾਸ ਕਰੀਏ ਕਿ ਨਾਮ ਦੀ ਦਾਤ ਸਾਡੀ ਝੋਲੀ ਪਵੇ, ਤਾਂ ਕਿ ਇਹ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ ਸਾਡੇ ਅੰਦਰੋਂ ਚਲਾ ਜਾਏ। ਹੋਈਆਂ ਭੁੱਲਾਂ ਦੀ ਖਿਮਾ ਮੰਗਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਗ ਹੈ 297। ਹੁਣ ਤੱਕ ਥਿੱਤੀ ਗੌੜੀ ਦੇ 6 ਸਲੋਕ ਜਿਹੜੇ ਹੋਏ ਨੇ ਸੰਪੂਰਨ, 5-6 ਪੜ੍ਹਨ ਲੱਗੇ ਹਾਂ। ਸਲੋਕ ਖੱਟ ਸ਼ਾਸਤਰ ਉਚੋ ਕਹੈ ਅੰਤ ਨ ਪਾਰਾਵਾਰ, ਭਗਤ ਸੋਹੈ ਗੁਣ ਗਾਵਤੇ ਨਾਨਕ ਪ੍ਰਭ ਕੈ ਦੁਆਰ। ਹਾਂਜੀ, ਸਲੋਕ ਖੱਟ ਸ਼ਾਸਤਰ ਉਚੋ ਕਹੈ, ਉਚੋ ਕਹੈ ਅੰਤ ਨਾ ਪਾਰਾਵਾਰ, ਅੰਤ ਨਾ ਪਾਰਾਵਾਰ, ਭਗਤ ਸੋਹੈ ਗੁਣ ਗਾਵਤੇ, ਭਗਤ ਸੋਹੈ ਗੁਣ ਗਾਵਤੇ, ਨਾਨਕ ਪ੍ਰਭ ਕੈ ਦੁਆਰ, ਨਾਨਕ ਪ੍ਰਭ ਕੈ ਦੁਆਰ। ਪੌੜੀ ਪੌੜੀ ਖਸ਼ਟਮ ਖੱਟ ਸ਼ਾਸਤਰ ਕਹੈ, ਖਸ਼ਟਮ ਸ਼ਾਸਤਰ ਕਹੈ, ਸਿਮਰਤ ਕਥੈ ਅਨੇਕ, ਸਿਮਰਤ ਕਥੈ ਅਨੇਕ, ਉਤਮ ਉਚੋ ਪਾਰ ਬ੍ਰਹਮ, ਉਤਮ ਉਚੋ ਪਾਰ ਬ੍ਰਹਮ, ਗੁਣ ਅੰਤ ਨਾ ਜਾਣੈ ਸੇਖ, ਗੁਣ ਅੰਤ ਨਾ ਜਾਣੈ ਸੇਖ, ਨਾਰਦ ਮੁਨ ਜਨ ਸੁਖ ਸੁਖ ਬਿਆਸ, ਨਾਰਦ ਮੁਨ ਜਨ ਸੁਖ ਬਿਆਸ, ਜਸ ਗਾਵਤ ਗੋਬਿੰਦ, ਗਾਵਤ ਗੋਬਿੰਦ, ਰਸ ਗੀਦੇ ਹਰ ਸਿਉ ਬੀਦੇ, ਗੀਦੇ ਹਰ ਸਿਉ ਬੀਦੇ, ਭਗਤ ਰਚੇ ਭਗਵੰਤ, ਰਚੇ ਭਗਵੰਤ, ਮੋਹ ਮਾਨ ਭ੍ਰਮ ਬਿਨਸਿਓ, ਮੋਹ ਮਾਨ ਭ੍ਰਮ ਬਿਨਸਿਓ, ਪਾਈ ਸ਼ਰਨ ਦਇਆਲ, ਚਰਨ ਕਮਲ ਮਨ ਤਨ ਵਸੇ, ਚਰਨ ਕਮਲ ਮਨ ਤਨ ਵਸੇ, ਦਰਸ਼ਨ ਦੇਖ ਨਿਹਾਲ, ਦਰਸ਼ਨ ਦੇਖ ਨਿਹਾਲ, ਲਾਭ ਮਿਲੈ ਤੋਟਾ ਹਿਰੈ, ਲਾਭ ਮਿਲੈ ਤੋਟਾ ਹਿਰੈ, ਸਾਧ ਸੰਗ ਲਿਵ ਲਾਏ, ਸੰਗ ਲਿਵ ਲਾਏ, ਖਾਟ ਖਜ਼ਾਨਾ ਗੁਣ ਨਿਧ ਹਰੇ, ਖਾਟ ਖਜ਼ਾਨਾ ਗੁਣ ਨਿਧ ਹਰੇ, ਨਾਨਕ ਨਾਮ ਧਿਆਏ, ਨਾਨਕ ਨਾਮ ਧਿਆਏ।
ਸੋ ਮਹਾਰਾਜ ਨੇ ਥਿੱਤਾਂ ਦੀ ਗੱਲ ਕਰਦੇ ਨੇ, ਛੇਵੀਂ ਥਿੱਤ ਦੀ ਗੱਲ ਕਰਨ ਲੱਗੇ। ਸਲੋਕ ਖਟ ਸ਼ਾਸਤਰ ਊਚੋ ਕਹੈ ਅੰਤ ਨਾ ਪਾਰਾ ਵਾਰ। ਛੇ ਸ਼ਾਸਤਰ ਉੱਚੀ ਉੱਚੀ ਕੂਕ ਕੂਕ ਕੇ ਗੱਲ ਕਹਿੰਦੇ ਨੇ ਕਿ ਉਸ ਪਰਮਾਤਮਾ ਦਾ ਕੋਈ ਅੰਤ ਨਹੀਂ, ਕੋਈ ਪਾਰਾ ਵਾਰ ਹੁਣ ਤੱਕ ਪਾ ਹੀ ਨਹੀਂ ਸਕਿਆ। ਭਗਤ ਸੋਹੈ ਗੁਣ ਗਾਵਤੇ, ਪਰ ਜਿਹੜੇ ਤੇਰੇ ਭਗਤ ਨੇ, ਤੈਨੂੰ ਖੋਜਣ ਵਾਲੇ ਨੇ, ਤੇਰੇ ਪ੍ਰੇਮੀ ਨੇ, ਤੇਰੇ ਨਾਲ ਜੁੜੇ ਹੋਏ ਨੇ, ਉਹ ਤੇਰੇ ਦਰ 'ਤੇ ਤੇਰੇ ਗੁਣਾਂ ਨੂੰ ਗਾਉਂਦੇ ਹੋਏ ਸੁਭਦੇ ਨੇ ਤੇਰੇ ਦਰ 'ਤੇ। ਤੇਰੇ ਗੁਣਾਂ ਕਰਕੇ ਉਹ ਸੁੰਦਰ ਨੇ, ਸੋਹਣੇ ਨੇ। ਨਾਨਕ ਪ੍ਰਭ ਕੈ ਦੁਆਰ, ਪਾਤਸ਼ਾਹ ਕਹਿੰਦੇ ਉਹ ਪ੍ਰਭੂ ਦੇ ਦੁਆਰ 'ਤੇ ਸੋਭਨੀਕ ਨੇ, ਤੇਰੇ ਗੁਣਾਂ ਨੂੰ ਗਾਉਂਦੇ ਨੇ। ਭਾਵ ਤੇਰੇ ਗੁਣਾਂ ਨੂੰ ਗਾਉਂਦਿਆਂ ਗਾਉਂਦਿਆਂ ਪਰ ਤੇਰੇ ਗੁਣਾਂ ਦਾ ਹੁਣ ਤੱਕ ਕੋਈ ਅੰਤ ਨਹੀਂ ਪਾ ਸਕਿਆ। ਭਾਵੇਂ ਛੇ ਸ਼ਾਸਤਰ ਨੇ ਜਿਹੜੇ ਮੀਮਾਂਸਾ ਵਰਗੇ ਸਾਰੇ, ਇਹ ਸਾਰੇ ਦੇ ਸਾਰੇ ਇਹ ਹੁਣ ਤੱਕ ਤੇਰੇ ਗੁਣਾਂ ਨੂੰ ਗਾਇਨ ਕਰਦੇ ਆ ਰਹੇ ਪਰ ਹੁਣ ਤੱਕ ਤੇਰਾ ਕੋਈ ਵੀ ਅੰਤ ਨਾ ਪਾ ਸਕਿਆ। ਪੌੜੀ ਖਸਟਮ ਖਟ ਸ਼ਾਸਤਰ ਕਹੈ ਸਿਮਰਤ ਕਥੈ ਅਨੇਕ ਉਤਮ ਉੱਚੋ ਪਾਰ ਬ੍ਰਹਮ ਗੁਣ ਅੰਤ ਨਾ ਜਾਣੈ ਸ਼ੇਖ। ਖਸਟਮ ਛੇਵੀਂ ਛੇਵੀਂ ਥਿੱਤ ਇਹ ਗੱਲ ਸਪਸ਼ਟ ਕਰਦੀ ਹੈ ਕਿ ਛੇ ਸ਼ਾਸਤਰ ਨੇ ਉਹ ਵੀ ਤੈਨੂੰ ਕਹਿ ਰਹੇ ਨੇ। ਅਨੇਕਾਂ ਹੀ 27 ਸਿਮਰਤੀਆਂ ਮੰਨੀਆਂ ਗਈਆਂ, ਪਰ ਉਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਸਿਮਰਤੀਆਂ ਨੇ, ਅਨੇਕ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ। ਉਹ ਸਾਰੀਆਂ ਹੀ ਤੈਨੂੰ ਬਿਆਨ ਕਰਦੀਆਂ ਨੇ ਜਿੰਨੇ ਵੀ ਧਾਰਮਿਕ ਸ਼ਾਸਤਰ ਨੇ। ਉੱਤਮ ਉੱਚੋ ਪਾਰ ਬ੍ਰਹਮ, ਹੇ ਪ੍ਰਭੂ ਤੂੰ ਉੱਚਾ ਹੈ, ਉੱਤਮ ਹੈ, ਪਾਰ ਬ੍ਰਹਮ ਹੈ, ਇਸ ਬ੍ਰਹਮ ਤੋਂ ਪਰੇ ਹੈ, ਅੰਤ ਨਾ ਜਾਣੈ ਸ਼ੇਖ। ਤੇਰਾ ਅੰਤ ਸ਼ੇਸ਼ ਨਾਗ ਵੀ ਨਹੀਂ ਜਾਣ ਸਕਿਆ, ਕਿਉਂਕਿ ਉਹਦੀ ਵੀ ਡਿਊਟੀ ਲਾਈ ਗਈ ਸੀ। ਉਹਦੇ ਹਜ਼ਾਰ ਫਣ ਨੇ, ਹਜ਼ਾਰਾਂ ਫਣਾਂ ਦੇ ਵਿੱਚੋਂ ਦੋ ਦੋ ਜੀਭਾਂ ਨੇ, ਉਹ ਹਰ ਇੱਕ ਜੀਭ ਵਿੱਚੋਂ ਤੇਰਾ ਵੱਖਰਾ ਨਾਮ ਉਚਾਰਨ ਕਰ ਰਿਹਾ, ਪਰ ਹੁਣ ਤੱਕ ਤੇਰੇ ਨਾਮ ਸੰਪੂਰਨ ਨਹੀਂ ਹੋ ਸਕੇ, ਇਸ ਕਰਕੇ ਉਹ ਵੀ ਤੇਰਾ ਗੁਣ ਨਹੀਂ ਪਾ ਸਕੇ। ਨਾਰਦ ਮੁਨ ਜਨ ਸੁਖ ਬਿਆਸ, ਨਾਰਦ ਮੁਨੀ ਜਨ ਸੇਵਕ ਅਨੇਕਾਂ ਹੀ ਤੇਰੇ, ਸੁਖਦੇਵ ਵਰਗੇ ਰਿਸ਼ੀ, ਬਿਆਸ ਵਰਗੇ ਰਿਸ਼ੀ ਜਿਨ੍ਹਾਂ ਨੇ ਬਹੁਤ ਕੁਛ ਲਿਖਿਆ, ਬਹੁਤ ਕੁਛ ਬਿਆਨਿਆ। ਜਸ ਗਾਵਤ ਗੋਬਿੰਦ, ਜਿਨ੍ਹਾਂ ਨੂੰ ਦੁਨੀਆ ਮੰਨਦੀ ਅਤੇ ਮਰ ਕਹਿੰਦੇ ਉਹ ਵੀ ਤੇਰਾ ਜਸ ਗਾਇਨ ਕਰਦੇ ਨੇ। ਰਸ ਗੀਦੇ ਹਰ ਸਿਉ ਬੀਦੇ, ਉਹ ਤੇਰੇ ਰਸ ਵਿੱਚ ਗਿੱਝੇ ਹੋਏ, ਭਾਵ ਉਹ ਤੇਰੇ ਪ੍ਰੇਮ ਰਸ ਵਿੱਚ ਇੰਨੇ ਗਿੱਝ ਗਏ ਕਿ ਤੇਰੇ ਵਿੱਚ ਵਿੰਨੇ ਗਏ, ਇੱਕਮਿਕ ਹੋ ਗਏ। ਭਗਤ ਰਚੇ ਭਗਵੰਤ, ਹੇ ਪ੍ਰਭੂ ਜਿਹੜੇ ਤੇਰੇ ਭਗਤ ਨੇ ਉਹ ਤੇਰੇ ਰਸ ਵਿੱਚ ਇੰਨੇ ਗਿੱਝ ਗਏ, ਇੰਨੇ ਇੱਕਮਿਕ ਹੋ ਗਏ ਕਿ ਵਿੰਨੇ ਗਏ, ਭਾਵ ਉਹ ਤੇਰੇ ਵਿੱਚ ਹੀ ਜਾ ਸਮਾਏ, ਰਚੇ ਮਿਚੇ ਨੇ ਤੇਰੇ ਨਾਲ। ਮਾਨ ਮੋ ਭ੍ਰਮ ਬਿਣਸਿਓ ਪਾਈ ਸ਼ਰਨ ਦਿਆਲ, ਜਿਨ੍ਹਾਂ ਨੇ ਉਸ ਦਿਆਲੂ ਕਿਰਪਾਲੂ ਵਾਹਿਗੁਰੂ ਅਕਾਲ ਪੁਰਖ ਦੀ ਸ਼ਰਨ ਵਿੱਚ ਆਏ, ਮਾਨ ਮੋਹ ਭ੍ਰਮ ਇਹ ਸਭ ਨਿਕਲ ਗਏ ਉਹਨਾਂ ਦੇ, ਨਾ ਅੰਦਰ ਹਿਰਦੇ 'ਚ ਗੁਮਾਨ ਰਿਹਾ ਕੋਈ, ਨਾ ਕਿਸੇ ਚੀਜ਼ ਦਾ ਮੋਹ ਰਿਹਾ, ਨਾ ਭਰਮ ਰਿਹਾ, ਉਹ ਤਿਆਗ ਕੇ ਉਹ ਤੇਰੀ ਸ਼ਰਨ ਵਿੱਚ ਨੇ। ਚਰਨ ਕਮਲ ਮਨ ਤਨ ਵਸੇ, ਉਹਨਾਂ ਦੇ ਹਿਰਦੇ ਵਿੱਚ ਹੀ ਪ੍ਰਭੂ ਤੇਰੇ ਚਰਨ ਕਮਲ ਵਸ ਗਏ। ਦਰਸ਼ਨ ਦੇਖ ਨਿਹਾਲ, ਉਹ ਤੇਰਾ ਦਰਸ਼ਨ ਦੇਖ ਕੇ ਨਿਹਾਲ ਹੋ ਗਏ, ਖੁਸ਼ ਹੋ ਗਏ, ਆਨੰਦ ਹੋ ਗਏ।
ਲਾਭ ਮਿਲੈ ਤੋਟਾ ਹਿਰੈ ਸਾਧ ਸੰਗ ਲਿਵਲਾਏ। ਜਿਨ੍ਹਾਂ ਨੇ ਵੀ ਸਾਧ ਸੰਗਤ ਵਿੱਚ ਲਿਵਲਾਈ ਜੁੜੇ, ਜਿਹੜੇ ਵੀ ਸਾਧ ਸੰਗਤ ਵਿੱਚ, ਕਹਿੰਦੇ ਉਹਨਾਂ ਨੂੰ ਲਾਭ ਹੀ ਮਿਲਿਆ, ਉਹਨਾਂ ਨੂੰ ਤੋਟਾ ਨਹੀਂ ਰਿਹਾ, ਕਿਸੇ ਚੀਜ਼ ਦਾ ਘਾਟ ਨਹੀਂ ਰਹੀ। ਖਾਟ ਖਜ਼ਾਨਾ ਗੁਣ ਨਿਧ ਹਰੇ, ਉਹਨਾਂ ਨੇ ਉਸ ਗੁਣ ਨਿਧ ਗੁਣਾਂ ਦੇ ਖਜ਼ਾਨੇ ਹਰੀ ਦਾ ਨਾਮ ਰੂਪੀ ਖਜ਼ਾਨਾ ਖਟਿਆ। ਨਾਨਕ ਨਾਮ ਧਿਆਏ, ਹੇ ਨਾਨਕ ਤੂੰ ਵੀ ਉਸ ਨਾਮ ਨੂੰ ਧਿਆਉਣਾ ਕਰ, ਇਹਦੇ ਵਿੱਚ ਘਾਟਾ ਨਹੀਂ ਕੋਈ। ਕਿਉਂਕਿ ਨਾਮ ਇੱਕ ਐਸੀ ਵਸਤੂ ਹੈ, ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵਾਧੋ ਜਾਏ, ਇਹਦੇ ਵਿੱਚ ਘਾਟੇ ਵਾਲੀ ਕੋਈ ਗੱਲ ਨਹੀਂ। ਇਸ ਕਰਕੇ ਮਹਾਰਾਜ ਕਹਿੰਦੇ ਤੁਸੀਂ ਵੀ ਭਾਈ ਉਹਨੂੰ ਸਿਮਰਨਾ ਕਰੋ, ਇਹ ਛੇਵੀਂ ਥਿੱਤ ਤਾਂ ਹੀ ਸੰਪੂਰਨ ਹੁੰਦੀ। ਹਾਂਜੀ, ਸਲੋਕ ਸੰਤ ਮੰਡਲ ਹਰ ਜਸ ਕਥੈ, ਸੰਤ ਮੰਡਲ ਹਰ ਜਸ ਕਥੈ, ਬੋਲੈ ਸਤ ਸੁਭਾਈ, ਸਤ ਸੁਭਾਈ, ਨਾਨਕ ਮਨ ਸੰਤੋਖੀ ਐ, ਮਨ ਸੰਤੋਖੀ ਐ, ਇਕ ਸਿਉ ਲਿਵਲਾਏ, ਇਕ ਸਿਉ ਲਿਵਲਾਏ, ਪੌੜੀ ਪੌੜੀ ਸਪਤਮ ਸੰਚੋ ਨਾਮ ਧਨ, ਸੰਚੋ ਨਾਮ ਧਨ, ਟੂਟ ਨਾ ਜਾਹੇ ਭੰਡਾਰ, ਨਾ ਜਾਹੇ ਭੰਡਾਰ, ਸੰਤ ਸੰਗਤ ਮੈਂ ਪਾਈਐ, ਸੰਤ ਸੰਗਤ ਮੈਂ ਪਾਈਐ, ਅੰਤ ਨਾ ਪਾਰਾਵਾਰ, ਅੰਤ ਨਾ ਪਾਰਾਵਾਰ, ਆਪ ਤਜੋ ਗੋਬਿੰਦ ਭਜੋ, ਆਪ ਤਜੋ ਗੋਬਿੰਦ ਭਜੋ, ਸਰਨ ਪਰਹੁ ਹਰ ਰਾਏ, ਪਰਹੁ ਹਰ ਰਾਏ, ਦੁਖ ਹਰੈ ਭਵ ਜਲ ਤਰੈ, ਹਰੈ ਭਵ ਜਲ ਤਰੈ, ਮਨ ਚਿੰਦਿਆ ਫਲ ਪਾਏ, ਚਿੰਦਿਆ ਫਲ ਪਾਏ, ਆਠ ਪਹਿਰ ਮਨ ਹਰ ਜਪੈ, ਆਠ ਪਹਿਰ ਮਨ ਹਰ ਜਪੈ, ਸਫਲ ਜਨਮ ਪਰਵਾਨ, ਸਫਲ ਜਨਮ ਪਰਵਾਨ, ਅੰਤਰ ਬਾਹਰ ਸਦਾ ਸੰਗ, ਅੰਤਰ ਬਾਹਰ ਸਦਾ ਸੰਗ, ਕਰਨੈ ਹਾਰ ਪਛਾਣ, ਕਰਨੈ ਹਾਰ ਪਛਾਣ, ਸੋ ਸਾਜਨ ਸੋ ਸਖਾ ਮੀਤ, ਸੋ ਸਾਜਨ ਸੋ ਸਖਾ ਮੀਤ, ਜੋ ਹਰ ਕੀ ਮਤ ਦੇ, ਹਰ ਕੀ ਮਤ ਦੇ, ਨਾਨਕ ਤਿਸ ਬਲਿਹਾਰਣੈ, ਨਾਨਕ ਤਿਸ ਬਲਿਹਾਰਣੈ, ਹਰ ਹਰ ਨਾਮ ਜਪੇ, ਹਰ ਨਾਮ ਜਪੇ। ਸਲੋਕ ਸੰਤ ਮੰਡਲ ਹਰ ਜਸ ਕਥੈ, ਬੋਲੈ ਸਤ ਸੁਭਾਏ, ਨਾਨਕ ਮਨ ਸੰਤੋਖੀ ਐ, ਇਕ ਸਿਉ ਲਿਵਲਾਏ। ਮਹਾਰਾਜ ਸੱਤਵੀਂ ਦੀ ਗੱਲ ਕਰਦੇ ਨੇ ਕਿ ਸੰਤ ਮੰਡਲ ਸਾਧ ਸੰਗਤ ਵਿੱਚ ਆ ਕੇ ਹਰ ਜਸ ਕਥੈ, ਉਹ ਸੰਗਤ ਵਿੱਚ ਆ ਕੇ ਉਸ ਪ੍ਰਭੂ ਦੀ ਵਡਿਆਈ ਕਥਦੇ ਨੇ, ਬਿਆਨ ਕਰਦੇ ਨੇ, ਬੋਲੈ ਸਤ ਸੁਭਾਏ, ਸੁਭਾਵਿਕ ਹੀ ਸੱਚ ਨੂੰ ਬਿਆਨ ਕਰਦੇ ਨੇ, ਸ਼ੁਭ ਭਾਵਨਾ ਨਾਲ, ਚੰਗੀ ਭਾਵਨਾ ਨਾਲ। ਨਾਨਕ ਮਨ ਸੰਤੋਖੀ ਹੈ, ਮਹਾਰਾਜ ਕਹਿੰਦੇ ਭਾਈ ਇਸ ਮਨ ਨੂੰ ਧੀਰਜ ਦੇ, ਸੰਤੋਖੀ ਰੱਖ,
ਟਿਕਾਉ ਵਿੱਚ ਰੱਖ, ਇੱਕ ਸਿਉਲੀ ਬੁਲਾ, ਇੱਕ ਨਾਲ ਦੀ ਬੁਲਾ, ਇਹ ਤੇਰਾ ਮਨ ਤਾਂ ਸੰਤੋਖਿਆ ਜਾਏਗਾ। ਅਤੇ ਨਹੀਂ ਮਹਾਰਾਜ ਦੱਸਦੇ ਨੇ, ਬਾਣੀ 'ਚ ਬਿਆਨ ਕਰਦੇ ਨੇ ਕਿ ਬਿਨ ਸੰਤੋਖ ਨਾ ਕੋ ਰੱਜ। ਸੰਤੋਖ ਤੋਂ ਬਿਨਾਂ ਧੌਲ ਧਰਮ ਦਇਆ ਕਾਪੂਤ, ਸੰਤੋਖ ਥਾਪ ਰੱਖਿਆ ਜਿਨ ਸੂਤ। ਕਿਉਂਕਿ ਸੰਤੋਖੀ ਹੋਣਾ ਹੀ ਸਹੀ ਮਨ ਵਿੱਚ ਇਸ ਦਇਆ ਨੂੰ, ਇਸ ਧਰਮ ਨੂੰ ਨਿਭਾ ਸਕਦਾ ਬੰਦਾ। ਪੌੜੀ ਸਪਤਮ ਸੰਚੋ ਨਾਮ ਧਨ, ਟੂਟ ਨਾ ਜਾਏ ਭੰਡਾਰ। ਸਪਤਮ ਜਿਹਨੂੰ ਸੱਤੇ ਕਹਿੰਦੇ ਹਾਂ ਅਸੀਂ ਆਪਣੀ ਭਾਸ਼ਾ 'ਚ, ਜਿਹਨੂੰ ਅਸੀਂ ਆਪਣੀ ਭਾਸ਼ਾ ਵਿੱਚ ਸੱਤੋਂ ਕਹਿੰਦੇ ਹਾਂ, ਕਹਿੰਦੇ ਸੱਤੇ ਸਾਨੂੰ ਦੱਸ ਸਪਸ਼ਟ ਕਰਦੀ ਹੈ। ਸਪਤਮ ਸੰਚੋ ਨਾਮ ਧਨ, ਭਾਈ ਨਾਮ ਰੂਪੀ ਧਨ ਇਕੱਠਾ ਕਰੋ, ਟੂਟ ਨਾ ਜਾਏ ਭੰਡਾਰ। ਇਸ ਭੰਡਾਰ ਵਿੱਚ ਕਦੇ ਕੋਈ ਘਾਟਾ ਨਹੀਂ, ਇਹ ਮੁੱਕਦਾ ਨਹੀਂ, ਇਹ ਇਕੱਠਾ ਕਰਨਾ ਕਰੋ, ਇਹਦੇ ਵਿੱਚ ਕੋਈ ਘਾਟਾ ਨਹੀਂ ਹੈ। ਸੰਤ ਸੰਗਤ ਮੈਂ ਪਾਈ ਹੈ, ਇਹ ਭੰਡਾਰ ਕਿੱਥੋਂ ਮਿਲੇਗਾ? ਕਹਿੰਦੇ ਸੰਤ ਸੰਗਤ ਗੁਰੂ ਦੀ ਸੰਗਤ ਵਿੱਚੋਂ ਮਿਲੇਗਾ। ਸੰਤ ਸੰਗਤ ਮੈਂ ਪਾਈ ਹੈ, ਅੰਤ ਨਾ ਪਾਰਾ ਵਾਰ। ਜਿਹਦਾ ਕੋਈ ਅੰਤ ਨਹੀਂ, ਕੋਈ ਪਾਰਾ ਵਾਰ ਨਹੀਂ ਹੈ। ਆਪ ਤਜੋ ਗੋਬਿੰਦ ਭਜੋ, ਕਿਵੇਂ ਪ੍ਰਾਪਤ ਹੋਏਗਾ? ਆਪ ਗਵਾਈਐ ਤਾਂ ਸ਼ੋ ਪਾਈਐ, ਔਰ ਕੈਸੀ ਚਤੁਰਾਈ। ਚਤੁਰਾਈ ਵਾਲੀ ਕੋਈ ਗੱਲ ਨਹੀਂ, ਕਹਿੰਦੇ ਆਪ ਤਜੋ ਆਪਣੀ ਮੈਂ ਨੂੰ ਛੱਡੋ, ਆਪ ਤਜੋ ਗੋਬਿੰਦ ਭਜੋ ਆਪਣੀ ਮੈਂ ਨੂੰ ਛੱਡ ਕੇ ਉਸ ਪਰਮਾਤਮਾ ਨੂੰ ਸਿਮਰਨਾ ਕਰੋ। ਸਰਨ ਭਰੋ ਹਰ ਰਾਏ, ਆਪਣੀਆਂ ਚਤੁਰਾਈਆਂ ਆਪਣੀਆਂ ਸਿਆਣਪਾਂ ਤਿਆਗ ਕੇ ਉਸ ਹਰੀ ਰਾਜੇ ਦੀ, ਉਸ ਪ੍ਰਭੂ ਦੀ ਸ਼ਰਨ ਵਿੱਚ ਚਲੇ ਜਾਓ। ਦੁੱਖ ਹਰੈ ਭਵਜਲ ਤਰੈ, ਮਨ ਚਿੰਦਿਆ ਫਲ ਪਾਏ। ਇਸ ਤਰ੍ਹਾਂ ਇਹ ਮਨ ਦੁੱਖਾਂ ਨੂੰ ਦੂਰ ਕਰ ਲਏਗਾ, ਸਹੀ ਮਨ ਵਿੱਚ ਭਵ ਸਾਗਰ ਨੂੰ ਤਰ ਲਏਗਾ। ਜੋ ਤੇਰਾ ਮਨ ਚਾਹੁੰਦਾ ਉਹ ਤੈਨੂੰ ਫਲ ਪ੍ਰਾਪਤ ਹੋ ਜਾਣਗੇ। ਇਹ ਤਰੀਕਾ ਫਾਰਮੂਲਾ ਮਹਾਰਾਜ ਨੇ ਸਾਨੂੰ ਦਿੱਤਾ, ਇੱਕ ਬਹੁਤ ਵਧੀਆ ਫਾਰਮੂਲਾ ਕਿ ਆਪਣੀ ਮੈਂ ਨੂੰ ਛੱਡ। ਅਸੀਂ ਧਿਆਉਂਦੇ ਤਾਂ ਹਾਂ, ਸਿਮਰਦੇ ਤਾਂ ਹਾਂ, ਬਾਣੀ ਦੇ ਬਹੁਤ ਪੜ੍ਹਦੇ ਹਾਂ, ਪਰ ਨਾਲ ਮੈਂ ਲਾ ਕੇ ਕਿ ਮੈਂ ਇੰਨੇ ਚਿਰ ਤੋਂ ਕਰ ਰਹੇ ਹਾਂ, ਮੈਂ ਆਹ ਕਰ ਰਹੇ ਹਾਂ, ਕਿਉਂਕਿ ਉਹ ਕਰਵਾ ਰਹੇ ਹਾਂ ਅਤੇ ਕਰ ਰਹੇ ਹਾਂ ਅਸੀਂ, ਸਾਡੇ ਵਿੱਚ ਸਮਰੱਥਾ ਨਹੀਂ ਹੈ। ਮਹਾਰਾਜ ਪੰਚਮ ਪਾਤਸ਼ਾਹ ਥਾਂ ਥਾਂ 'ਤੇ ਗੱਲ ਤੁਹਾਨੂੰ ਸਮਝਾਉਣੇ ਕਰਦੇ ਨੇ ਕਿ ਹੇ ਪ੍ਰਭੂ ਤੂੰ ਸਮਰੱਥ ਹੈ, ਤੂੰ ਵੱਡਾ ਹੈ, ਤੂੰ ਸਮਰੱਥ ਵੱਡਾ, ਮੇਰੀ ਮੱਤ ਥੋੜ੍ਹੀ ਰਾਮ। ਕਿਉਂਕਿ ਵਡਿਆਈ ਵੱਡਾ ਪਾਇਆ ਉਸ ਵਾਹਿਗੁਰੂ ਅਕਾਲ ਪੁਰਖ ਨੂੰ, ਨਿਮਰਤਾ ਨਾਲ ਹੀ ਗੁਰਮੁਖ ਬਣ ਕੇ ਹੀ ਉਸ ਨੂੰ ਪਾਇਆ ਜਾ ਸਕਦਾ। ਆਠ ਪਹਿਰ ਮਨ ਹਰ ਜਪੈ, ਸਫਲ ਜਨਮ ਪ੍ਰਵਾਨ। ਜਦੋਂ ਇਸ ਤਰ੍ਹਾਂ ਅੱਠੇ ਪੈਰ ਉਠਤ ਬੈਠ ਸੋਤ ਨਾਮ, ਇਸ ਤਰ੍ਹਾਂ ਪਰਮਾਤਮਾ ਦਾ ਨਾਮ ਜਪਣ ਲੱਗ ਪਵੇ ਮਨ ਦੁਆਰਾ, ਅਤੇ ਮਹਾਰਾਜ ਕਹਿੰਦੇ ਤੇਰਾ ਇੱਥੇ ਆਉਣਾ ਸਫਲ ਹੈ, ਫਿਰ ਤੇਰਾ ਮਨੁੱਖਾ ਜਨਮ ਪ੍ਰਮਾਣ ਹੈ, ਕਬੂਲ ਹੋ ਗਿਆ ਉਸ ਮਾਲਕ ਦਰ ਦੇ ਉੱਤੇ। ਅੰਤਰ ਬਾਹਰ ਸਦਾ ਸੰਗ, ਕਰਨਾ ਹਾਰ ਪਛਾਣ। ਕਹਿੰਦੇ ਸਿਮਰਦਾ ਹੋਇਆ ਅੰਦਰ ਵੀ, ਆਪਣੇ ਹਿਰਦੇ ਵਿੱਚ ਵੀ ਅਤੇ ਬਾਹਰ ਵੀ, ਉਸ ਕਰਨਹਾਰ ਨੂੰ ਪਛਾਣ, ਕਰਤੇ ਨੂੰ ਪਛਾਣ, ਖੋਜ ਕਰ ਉਹਦੀ, ਵੇਖ, ਰੱਟੇ ਨਾ ਲਾ ਉਹਨੂੰ, ਖੋਜ ਅੰਦਰ, ਉਹ ਤੇਰੀ ਅੰਦਰ ਵੀ ਸਹਾਇਤਾ ਕਰਨ ਵਾਲਾ ਹੈ, ਇਹਨਾਂ ਕਾਮ ਤੋਂ, ਕ੍ਰੋਧ ਤੋਂ, ਲੋਭ ਤੋਂ, ਮੋਹ ਤੋਂ, ਹੰਕਾਰ ਤੋਂ, ਬਾਹਰ ਦੁਨੀਆ ਤੋਂ, ਨਿੰਦਕਾਂ ਤੋਂ, ਬਾਹਰ ਦੇ ਜਿੰਨੇ ਹੋਰ ਭਵਜਲ ਦੇ ਦੁੱਖ ਨੇ ਉਹਨਾਂ ਤੋਂ ਵੀ ਰੱਖਿਆ ਕਰਨ ਵਾਲਾ। ਤੂੰ ਪਛਾਣ ਉਹਨੂੰ, ਤੇਰੀ ਪਹਿਚਾਣ ਕਰ ਆਪਣੇ ਅੰਦਰ, ਉਹ ਤੇਰੇ ਨਾਲ ਖੜ੍ਹਾ ਹੈ।
ਅੰਤਰ ਬਾਹਰ ਸਦਾ ਸੰਗ ਕਰਨੈ ਹਾਰ ਪਛਾਣ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀ ਮਤ ਦੇ। ਅਤੇ ਮਹਾਰਾਜ ਕਹਿੰਦੇ ਭਾਈ ਸਾਡਾ ਤਾਂ ਸਭ ਤੋਂ ਵਧੀਆ ਮਿੱਤਰ ਹੀ ਉਹੀ ਹੈ, ਉਹੀ ਸਾਡਾ ਸਖਾ ਹੈ, ਅਖੀਰ ਤੱਕ ਸਾਥ ਦੇਣ ਵਾਲਾ ਉਹੀ ਸਾਡਾ ਮਿੱਤਰ ਹੈ, ਉਹ ਸਾਡਾ ਸੱਜਣ ਹੈ ਸਹੀ ਮਣਿਆਂ ਵਿੱਚ, ਜਿਹੜਾ ਸਾਨੂੰ ਹਰੀ ਦੀ ਮਤ ਦਿੰਦਾ ਹੈ। ਨਾਨਕ ਤਿਸ ਬਲਿਹਾਰਨ ਹੈ ਹਰ ਹਰ ਨਾਮ ਜਪੇ। ਅਤੇ ਪੰਚਮ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜੇ ਇਸ ਤਰ੍ਹਾਂ ਉੱਪਰ ਦੱਸੇ ਤਰੀਕੇ ਅਨੁਸਾਰ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਅੱਠੇ ਪੈਰ ਉਹਨੂੰ ਯਾਦ ਕਰਦੇ ਨੇ, ਉਹਨੂੰ ਚੇਤੇ ਵਿੱਚ ਰੱਖਦੇ ਨੇ, ਮੈਂ ਉਹਨਾਂ ਤੋਂ ਬਲਿਹਾਰ ਜਾਣਾ, ਮੈਂ ਉਹਨਾਂ ਤੋਂ ਸਦਕੇ ਜਾਣਾ। ਹਾਂਜੀ। ਸਲੋਕ ਆਠ ਪਹਿਰ ਗੁਣ ਗਾਈਐ, ਆਠ ਪਹਿਰ ਗੁਣ ਗਾਈਐ, ਤਜੀਐ ਅਵਰ ਜੰਜਾਲ, ਅਵਰ ਜੰਜਾਲ, ਜਮ ਕੰਕਰ ਜੋ ਨ ਸਕਈ, ਜਮ ਕੰਕਰ ਜੋ ਨ ਸਕਈ, ਨਾਨਕ ਪ੍ਰਭੂ ਦਇਆਲ, ਨਾਨਕ ਪ੍ਰਭੂ ਦਇਆਲ, ਪੌੜੀ ਪੌੜੀ ਅਸ਼ਟਮੀ ਅਸ਼ਟ ਸਿੱਧ ਨਵ ਨਿਧ, ਅਸ਼ਟਮੀ ਅਸ਼ਟ ਸਿੱਧ ਨਵ ਨਿਧ, ਸਗਲ ਪਦਾਰਥ ਪੂਰਨ ਬੁੱਧ, ਸਗਲ ਪਦਾਰਥ ਪੂਰਨ ਬੁੱਧ, ਕਵਲ ਪ੍ਰਗਾਸ ਸਦਾ ਆਨੰਦ, ਪ੍ਰਗਾਸ ਸਦਾ ਆਨੰਦ, ਨਿਰਮਲ ਰੀਤ ਨਿਰੋਧਰ ਮੰਤ, ਨਿਰਮਲ ਰੀਤ ਨਿਰੋਧਰ ਮੰਤ, ਸਗਲ ਧਰਮ ਪਵਿੱਤਰ ਇਸ਼ਨਾਨ, ਪਵਿੱਤਰ ਇਸ਼ਨਾਨ, ਸਭ ਮੈਂ ਊਚ ਵਿਸ਼ੇਖ ਗਿਆਨ, ਊਚ ਵਿਸ਼ੇਖ ਗਿਆਨ, ਹਰ ਹਰ ਭਜਨ ਪੂਰੇ ਗੁਰਸੰਗ, ਹਰ ਭਜਨ ਪੂਰੇ ਗੁਰਸੰਗ, ਜਪ ਤਰੀਐ ਨਾਨਕ ਹਰ ਰੰਗ, ਜਪ ਤਰੀਐ ਨਾਨਕ ਹਰ ਰੰਗ। ਪੰਚਮ ਪਾਤਸ਼ਾਹ ਇਹ ਅੱਠੇ ਦੀ ਗੱਲ ਕਰਦੇ ਨੇ ਅੱਗੋਂ। ਸਲੋਕ ਆਠ ਪਹਿਰ ਗੁਣ ਗਾਈਐ ਤਜੀਐ ਅਵਰ ਜੰਜਾਲ। ਦੁਨੀਆਂ ਦੇ ਮੋਹ ਮਾਇਆ ਦੇ ਜਿਹੜੇ ਜੰਜਾਲ ਤੋਂ ਪਾਈ ਬੈਠਾ ਮਰਕ ਨੇ ਇਸ ਤਿਆਗ ਅੱਠੇ ਪਹਿਰ ਉੱਠਦਿਆਂ ਬਹਿੰਦਿਆਂ ਤੁਰਦਿਆਂ ਫਿਰਦਿਆਂ ਜਦੋਂ ਵੀ ਤੈਨੂੰ ਚੇਤਾ ਆਵੇ ਤੂੰ ਉਹਨੂੰ ਸਿਮਰਨਾ ਕਰ। ਬਾਕੀ ਜਿਹੜੇ ਜੰਜਾਲ ਤੂੰ ਪਾਈ ਬੈਠਾ ਮੋਹ ਮਾਇਆ ਦੇ ਇਹਨਾਂ ਨੂੰ ਤਿਆਗ। ਜਮ ਕੰਕਰ ਜੋ ਨਾ ਸਕਈ ਨਾਨਕ ਪ੍ਰਭੂ ਦਇਆਲ। ਸਾਨੂੰ ਮਹਾਰਾਜ ਚੇਤੇ ਕਰਾਉਂਦੇ ਨੇ ਪੰਚਮ ਪਾਤਸ਼ਾਹ ਕਿ ਹੇ ਭਾਈ ਉਹ ਪ੍ਰਭੂ ਦਇਆਲੂ ਹੈ, ਉਹ ਦਇਆ ਦਾ ਘਰ ਹੈ, ਉਹ ਸਾਡੇ ਔਗਣ ਨਹੀਂ ਵੇਖਦਾ। ਜਦੋਂ ਤੂੰ ਅੱਠੇ ਪੈਰਾਂ ਨੂੰ ਸਿਮਰੇਂਗਾ, ਵਾਰ ਵਾਰ ਸਿਮਰੇਂਗਾ, ਇਹ ਜਮ ਕੰਕਰ ਜਿਹੜਾ ਹੈ ਇਹ ਦੁਖਦਾਇਕ ਹੈ, ਇਹ ਤੈਨੂੰ ਛੋਹ ਵੀ ਨਹੀਂ ਸਕਦਾ, ਉਹ ਇੰਨਾ ਦਿਆਲੂ ਹੈ ਪ੍ਰਭੂ ਤੈਨੂੰ ਆਪਣੇ ਕਲਾਵੀ ਵਿੱਚ ਲੈ ਲਏਗਾ, ਤੈਨੂੰ ਛੋਹ ਨਹੀਂ ਸਕਦਾ, ਉਹ ਤੇਰੇ ਦੇ ਨੇੜੇ ਵੀ ਨਹੀਂ ਢੁੱਕ ਸਕਦੇ ਇਹ ਕਾਮ ਕ੍ਰੋਧ ਲੋਮੋ ਅਤੇ ਹੰਕਾਰ। ਤੂੰ ਸਿਮਰਨਾ ਕਰ, ਜਿਸ ਤਰ੍ਹਾਂ ਲਾਈਟ ਬਲ ਜਾਂਦੀ ਅਤੇ ਹਨੇਰਾ ਨੇੜੇ ਨਹੀਂ ਲੱਗਦਾ, ਕਹਿੰਦੇ ਇਸ ਤਰ੍ਹਾਂ ਹੀ ਉਸ ਪ੍ਰਭੂ ਦਾ ਨਾਮ ਗੁਰਬਾਣੀ ਇਸ ਯੁੱਗ ਮੈਂ ਚਾਨਣ, ਜਦੋਂ ਤੇਰੇ ਹਿਰਦੇ ਵਿੱਚ ਤਾਂ ਪ੍ਰਕਾਸ਼ ਹੋਏਗਾ ਇਹ ਅਗਿਆਨਤਾ ਦਾ ਹਨੇਰਾ ਤੇਥੋਂ ਦੂਰ ਹੁੰਦਾ ਜਾਏਗਾ। ਪੌੜੀ ਅਸ਼ਟਮੀ ਅਸ਼ਟ ਸਿੱਧ ਨਾਮ ਨਿਧ, ਅਸ਼ਟਮੀ ਅੱਠੇ ਜਿਹਨੂੰ ਕਹਿੰਦੇ ਆਪਾਂ, ਅੱਠ ਸਿੱਧੀਆਂ ਨੌ ਨਿਧੀਆਂ,
ਇਹਨਾਂ ਪਿੱਛੇ ਦੁਨੀਆ ਤੁਰੀ ਫਿਰਦੀ, ਰਿੱਧ ਸਿੱਧ ਨਾਵੇਂ ਕੀ ਦੱਸ, ਤੂੰ ਨਾਮ ਜਪ ਇੱਥੇ ਸਹਿਜੀ ਤੇਰੇ ਵਿੱਚ ਆ ਪ੍ਰਵੇਸ਼ ਹੋ ਜਾਣਗੀਆਂ। ਸਗਲ ਪਦਾਰਥ ਪੂਰਨ ਬੁੱਧ, ਨਾਮ ਜਪਣ ਨਾਲ ਸਾਰੇ ਪਦਾਰਥ ਪੂਰਨ ਬੁੱਧੀ ਦਾ ਮਾਲਕ ਹੋ ਜਾਏਗਾ। ਕਮਲ ਪ੍ਰਗਾਸ ਸਦਾ ਆਨੰਦ, ਤੇਰਾ ਕੌਲ ਖਿੜ ਜਾਏਗਾ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਉਹਦਾ ਨਾਮ ਨੂੰ ਸੁਣ ਮਨ ਵਿਚਾਰ ਸਿਮਰਨ ਕਰ, ਤੇਰਾ ਕੌਲ ਖਿੜ ਜਾਏਗਾ, ਸਦਾ ਹੀ ਆਨੰਦ ਵਿੱਚ ਰਹੇਗਾ। ਸਮਝ ਆ ਜਾਏਗੀ ਆਨੰਦ ਕਿਹਨੂੰ ਕਹਿੰਦੇ ਨੇ, ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣੇ ਆ, ਉਦੋਂ ਸਮਝ ਆ ਜਾਏਗੀ। ਨਿਰਮਲ ਰੀਤ ਨਿਰੋਦਰ ਮੰਤ, ਤੇਰੀ ਰਹਿਣੀ ਬਹਿਣੀ ਰੀਤ ਜਿਹੜੀ ਤੇਰੀ ਹੈ ਉਹ ਨਿਰਮਲ ਪਵਿੱਤਰਤਾ ਆ ਜਾਏਗੀ ਉਹਦੇ 'ਚ। ਉਸ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਨਿਰੋਦਰ ਹੈ, ਭਾਵ ਉਸ ਮੰਤਰ ਨੂੰ ਕੋਈ ਤੋੜ ਨਾ ਸਕਿਆ। ਸਾਡਾ ਦੇਸ਼ ਜਿਹੜਾ ਹੈ ਇਹ ਜੰਤਰਾਂ ਮੰਤਰਾਂ 'ਚ ਬੜਾ ਵਿਸ਼ਵਾਸ ਰੱਖਦਾ ਹੈ। ਅਸੀਂ ਵੇਖਦੇ ਹਾਂ ਆਮ ਕਰਕੇ ਲੋਕਾਂ ਦੇ ਧਾਗੇ ਬੰਨੇ, ਤਵੀਤ ਬੰਨੇ, ਪੁੱਛੀ ਦਾ ਵਿਕਾਹ ਦੇ, ਕਹਿੰਦੇ ਜੀ ਮੰਤਰ ਕਰਕੇ ਪਾਇਆ, ਫਿਰ ਨਾ ਕੋਈ ਚੀਜ਼ ਕੋਈ ਸਾਡੇ 'ਤੇ ਉਹ ਨਹੀਂ ਕਰ ਸਕਦਾ। ਆਮ ਕਰਕੇ ਅਸੀਂ ਚੁਰਾਹਿਆਂ ਵਿੱਚ ਵੇਖਦੇ ਹਾਂ ਘੜੇ ਭੰਨੇ ਪਏ ਹੁੰਦੇ ਨੇ, ਉਹਨਾਂ ਦਾ ਗੁਰਮਤ ਨਾਲ ਕੋਈ ਲੈਣਾ ਨਹੀਂ। ਜਪ ਸਾਹਿਬ ਪੜ੍ਹਦੇ ਹਾਂ ਨਮੋ ਮੰਤਰ ਮੰਤਰੇ ਨਮੋ ਜੰਤਰ ਜੰਤਰੇ, ਤੂੰ ਸਾਰਿਆਂ ਦਾ ਹੀ ਮੰਤਰ ਹੈ, ਮੰਤਰਾਂ ਦਾ ਵੀ ਮੰਤਰ ਹੈ ਤੂੰ ਤੇ। ਜਿਨ੍ਹਾਂ ਕੋਲ ਨਾਮ ਰੂਪੀ ਮੰਤਰ ਹੈ, ਮੰਤਰ ਦਾ ਮਤਲਬ ਹੁੰਦਾ ਸਲਾਹ ਉਪਦੇਸ਼, ਜਿਨ੍ਹਾਂ ਕੋਲ ਗੁਰੂ ਦਾ ਉਪਦੇਸ਼ ਹੈ ਉਹਦਾ ਫਿਰ ਤੋੜ ਕੋਈ ਨਹੀਂ। ਬਸ ਇੱਥੇ ਗੱਲ ਸਮਝਾਤੀ ਮਹਾਰਾਜ ਨੇ ਕਿ ਜਿਨ੍ਹਾਂ ਕੋਲ ਪਰਮਾਤਮਾ ਨਾਮ ਹੈ ਦੁਨੀਆਂ ਦੀ ਕੋਈ ਵੀ ਤਾਕਤ ਉਹਦੇ 'ਤੇ ਕੋਈ ਅਸਰ ਨਹੀਂ ਕਰ ਸਕਦੀ। ਦੁਨੀਆਂ ਭਾਵੇਂ ਭੂਤਾਂ ਨੂੰ ਅਤੇ ਪ੍ਰੇਤਾਂ ਨੂੰ ਜਿਨ੍ਹਾਂ ਨੂੰ ਮਰਜ਼ੀ ਮੰਨੀ ਜਾਏ, ਪਰ ਮੈਨੂੰ ਇਹਨਾਂ ਕੁ ਸਮਝ ਜ਼ਰੂਰ ਆਈ ਹੈ ਕਿ ਆਪਣੇ ਤੋਂ ਵੱਡਾ ਮੇਰੇ ਖਿਆਲ ਭੂਤ ਹੈ ਨਹੀਂ ਕੋਈ। ਸਾਡਾ ਸਰੀਰ ਪੰਜ ਭੂਤਕ ਹੈ, ਜਿਹੜੇ ਸਾਨੂੰ ਪੰਜ ਟੱਕਰੇ ਨੇ ਅੰਦਰ, ਹੋਰ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ, ਮੈਂ ਕਿਹਾ ਇਸ ਤੋਂ ਵੱਡੇ ਭੂਤ ਨਹੀਂ ਹੋ ਸਕਦੇ। ਜੇ ਗੁਰਬਾਣੀ ਇਹਨਾਂ ਦਾ ਸੁਧਾਰ ਕਰ ਸਕਦੀ ਹੈ ਤਾਂ ਬਾਹਰਲੇ ਭੂਤਾਂ ਦਾ ਤਾਂ ਹੋ ਜਾਏਗਾ। ਇਸ ਕਰਕੇ ਮਾਰ ਕੇ ਨਿਰੋਦਰ ਮੰਤ, ਸਗਲ ਧਰਮ ਪਵਿੱਤਰ ਇਸ਼ਨਾਨ, ਉਹਦਾ ਸਾਰਾ ਧਰਮ ਸਹੀ ਮਨ 'ਚ ਡਿਸਿਪਲਨ ਵਿੱਚ ਹੈ, ਮਰਿਆਦਾ ਵਿੱਚ ਹੈ, ਉਹਦਾ ਪਵਿੱਤਰਤਾ ਹੈ। ਉਹਨੇ ਸ਼ਬਦ ਵਿੱਚ ਇਸ਼ਨਾਨ ਕੀਤਾ ਮਨ ਨੇ, ਸਭ ਮੈਂ ਊਚ ਵਿਸ਼ੇਖ ਗਿਆਨ, ਕਿਉਂਕਿ ਗੁਰੂ ਦਾ ਉਪਦੇਸ਼ ਜਿਹੜਾ ਵਿਸ਼ੇਸ਼ ਹੈ, ਉੱਚਾ, ਉਸ ਪ੍ਰਭੂ ਦਾ ਨਾਮ ਉੱਚਾ। ਹਰ ਹਰ ਭਜਨ ਪੂਰੇ ਗੁਰਸੰਗ, ਫਿਰ ਅਖੀਰ 'ਚ ਮਾਰ ਕਹਿੰਦੇ ਇਸ ਕਰਕੇ ਉਹਦਾ ਨਾਮ ਪੂਰੇ ਗੁਰੂ ਦਾ ਸੰਗ ਕਰਕੇ ਲੈ, ਮਨ ਬਚਨ ਅਤੇ ਕਰਮ ਕਰਕੇ। ਅਸੀਂ ਗੁਰੂ ਦਾ ਸੰਗ ਨਹੀਂ ਕਰ ਰਹੇ, ਬਾਣੀ 'ਤੇ ਪੜ੍ਹ ਰਹੇ ਹਾਂ, ਗੁਰੂ ਗ੍ਰੰਥ ਸਾਹਿਬ ਦਾ ਸੰਗ ਨਹੀਂ ਕਰ ਰਹੇ। ਅਸੀਂ ਜਿਸ ਦਿਨ ਸੰਗ ਕਰਨ ਲੱਗ ਜਾਵਾਂਗੇ ਉਸ ਦਿਨ ਬਾਣੀ ਸਾਡੇ ਅੰਦਰ ਗੂੰਜਣ ਲੱਗ ਜਾਏਗੀ, ਸਾਨੂੰ ਉਸ ਰਾਹ ਤੋਂ ਮੋੜ ਲਿਆਏਗੀ। ਜਪ ਤਰੀਐ ਨਾਨਕ ਨਾਮ ਹਰ ਰੰਗ, ਇਸ ਸੰਸਾਰ ਸਾਗਰ ਨੂੰ ਤਰਿਆ ਜਾ ਸਕਦਾ ਹੈ। ਮਹਾਰਾਜ ਕਹਿੰਦੇ ਭਾਈ ਹਰੀ ਦੇ ਰੰਗ ਦੁਆਰਾ, ਹਰੀ ਦੇ ਪ੍ਰੇਮ ਦੁਆਰਾ, ਉਸ ਪਰਮਾਤਮਾ ਨਾਲ ਜੋ ਤੂੰ ਪ੍ਰੇਮ ਪਾ ਲਏਗਾ ਇਹ ਦੁਨੀਆਂ ਦੇ ਪ੍ਰੇਮ ਥੱਲੇ ਰਹਿ ਜਾਣਗੇ। ਉਦੋਂ ਤੈਨੂੰ ਸਮਝ ਆ ਜਾਏ ਕਿ ਜਗਤ ਮੈਂ ਝੂਠੀ ਦੇਖੀ ਪ੍ਰੀਤ। ਜਦੋਂ ਤੂੰ ਤੇਰਾ ਨਾਮ ਨਾਲ ਪ੍ਰੇਮ ਹੋ ਜਾਏਗਾ, ਉਸ ਪਰਮਾਤਮਾ ਨਾਲ ਪ੍ਰੇਮ ਹੋ ਜਾਏਗਾ ਜਿਹਨੂੰ ਦਸਮ ਪਾਤਸ਼ਾਹ ਮਹਾਰਾਜ ਡੰਕੇ ਝੂਠ ਨਾਲ ਕਹਿੰਦੇ ਨੇ, ਸੱਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਏ। ਉਹ ਪ੍ਰਭ ਨੂੰ ਪਾਉਣਾ ਚਾਹੁੰਦਾ ਅਤੇ ਆਪਣੇ ਆਪ ਨੂੰ ਪ੍ਰੇਮ ਦੇ ਰੰਗ ਵਿੱਚ ਰੰਗ, ਉਸ ਮਾਲਕ ਨਾਲ ਜੁੜ ਜਾ, ਇੱਕਮਿਕ ਹੋ ਜਾ, ਆਪਣੀ ਮੈਂ ਨੂੰ ਤਿਆਗ ਕੇ ਅੱਠੇ ਪੈਰਾਂ ਨੂੰ ਸਿਮਰਨਾ ਕਰ। ਮੇਰੇ ਰਾਮ
ਹਮ ਬਾਰਕ ਹਰ ਪ੍ਰਭ ਕੇ ਹੈ ਆਣੀ ਹਮ ਬਾਰਕ ਹਰ ਪ੍ਰਭ ਕੇ ਹੈ ਆਣੀ।